ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਜੀ ਆਖਦੇ ਹਾਂ। ਜਿਸ ਤਰ੍ਹਾਂ ਦਾ ਮਾਹੌਲ, ਜਿਸ ਤਰ੍ਹਾਂ ਦਾ ਸਮਾਂ ਚੱਲ ਰਿਹਾ ਹੈ, ਸੰਗਤ ਟੈਲੀਵਿਜ਼ਨ ਤੋਂ ਉਪਰਾਲਾ ਕੀਤਾ ਜਾਂਦਾ ਹੈ ਕਿ ਅਸੀਂ ਪੰਥ ਦੀਆਂ ਉਹ ਸ਼ਖਸੀਅਤਾਂ, ਪੰਥ ਦੇ ਉਹ ਸੇਵਾਦਾਰ ਜਿਹਨਾਂ ਦੀ ਦਿਨ ਰਾਤ ਅੰਤਰਿਕ ਸੇਵਾ ਹੈ, ਉਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਅਤੇ ਤਖ਼ਤ ਸਾਹਿਬਾਂ ਤੇ ਸੇਵਾ ਨਿਭਾਉਂਦੇ ਹਨ, ਉਹ ਆਪ ਜੀ ਨਾਲ ਰੂਬਰੂ ਕੀਤੇ ਜਾਣ, ਕਿਉਂਕਿ ਗੁਰੂ ਮਹਾਰਾਜ ਜਿਹਨਾਂ ਤੇ ਕਿਰਪਾ ਕਰਦੇ ਹਨ, ਜਿਹਨਾਂ ਤੇ ਬਖਸ਼ਿਸ਼ ਹੁੰਦੀ ਹੈ, ਉਹਨਾਂ ਦੇ ਉੱਚੇ ਭਾਗ ਹੁੰਦੇ ਨੇ, ਜਿਹਨਾਂ ਨੂੰ ਇਸ ਭਾਗ ਸਮਾਂ ਮਿਲਦਾ ਕਿ ਉਸ ਮਾਲਕ ਦੇ ਤਖ਼ਤਾਂ ਦੀ ਦਰ ਦੀ ਸੇਵਾ ਕਰ ਸਕਣ। ਤੇ ਅੱਜ ਸਾਡੇ ਨਾਲ ਉਸ ਪਾਵਨ ਪੁੱਤਰ ਧਰਤੀ ਅਨੰਦਪੁਰ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਉੱਥੇ ਦੇ ਹੈੱਡ ਕਥਾਵਾਚਕ ਭਾਈ ਚਰਨਜੀਤ ਸਿੰਘ ਜੀ ਰੂਬਰੂ ਹੋ ਰਹੇ ਹਨ। ਭਾਈ ਚਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਸਮਾਂ ਕੱਢਿਆ ਤੇ ਅੱਜ ਸਾਡੇ ਦਰਸ਼ਕਾਂ ਸੰਗਤਾਂ ਆਪ ਜੀ ਰੂਬਰੂ ਹੋ ਰਹੇ ਹੋ, ਦਿਲ ਦੀਆਂ ਗੱਲਾਂ ਚੋਂ ਆਪ ਜੀ ਦਾ ਬਹੁਤ ਧੰਨਵਾਦ ਕਰਦੇ। ਆਪ ਜੀ ਦਾ ਵੀ ਧੰਨਵਾਦ ਕਰਦੇ ਜੀ, ਔਰ ਸਮੁੱਚੀ ਸੰਗਤ ਚੈਨਲ ਦੀ ਟੀਮ ਅਤੇ ਸਮੁੱਚੀ ਸਾਧ ਸੰਗਤ ਦਾ ਮੈਂ ਧੰਨਵਾਦ ਕਰਦਾ, ਜਿਹੜੇ ਬੈਠ ਕੇ ਇਸ ਵਕਤ ਆਪ ਜੀ ਦੇ ਜੋ ਗੁਰਬਾਣੀ ਦੇ ਸਮਾਗਮ ਪ੍ਰੋਗਰਾਮ ਆਪ ਜੀ ਕਰਦੇ ਹੋ, ਇਹਨਾਂ ਨੂੰ ਸੁਣਦੇ ਆ, ਮੈਂ ਸਾਰਿਆਂ ਸਰੋਤਿਆਂ ਦਾ ਵੀ ਧੰਨਵਾਦ ਕਰਦਾ ਜੀ। ਚਰਨਜੀਤ ਸਿੰਘ ਜੀ, ਅੱਜ ਆਪਾਂ ਜਿਹੜੇ ਦਿਨਾਂ ਚ ਗੁਜ਼ਰ ਰਹੇ ਹਾਂ, ਸਮੂਹ ਜਗਤ ਉਸੇ ਟੋਪਿਕ ਤੇ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਕਿ ਇਹ ਸਮਾਂ ਜੀਵਨ ਕਾਲ ਵਿੱਚ ਜੋ ਕਿਸੇ ਨੇ ਸੋਚਿਆ ਨਹੀਂ ਸੀ, ਜੋ ਕਿਸੇ ਦੀ ਸੁਪਨੇ ਵਿੱਚ ਚੀਜ਼ ਨਹੀਂ ਸੀ, ਅੱਜ ਉਸ ਸਮੇਂ ਵਿੱਚੋਂ ਆਪਾਂ ਵਿਚਰ ਰਹੇ ਹਾਂ। ਕੋਰੋਨਾ ਵਾਇਰਸ ਦੇ ਇਸ ਕਹਿਰ ਨੇ ਸਾਰੇ ਸੰਸਾਰ ਵਿੱਚ ਅੱਗ ਅੰਗਰ ਫੈਲ ਕੇ ਆਪਣੀ ਲਪੇਟ ਵਿੱਚ ਅਨੇਕਾਂ ਜਾਨਾਂ ਲੈ ਲਈਆਂ ਹਨ ਅਤੇ ਲਈ ਜਾ ਰਿਹਾ। ਬੜਾ ਹੀ ਔਖਾ ਸਮਾਂ ਸਮੁੱਚੇ ਸੰਸਾਰ ਤੇ ਆ ਗਿਆ ਹੈ। ਆਪ ਜੀ ਵੀ ਥੋੜਾ ਜਿਹਾ ਇਸ ਤੇ ਆਪ ਜੀ ਦੇ ਵਿਚਾਰ ਸੰਗਤਾਂ ਨੂੰ ਸਾਂਝ ਪਹੁੰਚੇ। ਬਿਲਕੁਲ ਜੀ, ਭਾਈ ਸਾਹਿਬ ਜੀ, ਜਿਸ ਤਰ੍ਹਾਂ ਆਪ ਜੀ ਨੇ ਗੱਲ ਕੀਤੀ ਹੈ ਨਾ ਕਿ ਸੱਚਮੁੱਚ ਸੋਚਿਆ ਵੀ ਨਹੀਂ ਸੀ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਇਹਦੇ ਵਿੱਚੋਂ ਮੈਨੂੰ ਗੁਰਬਾਣੀ ਦੇ ਵਿੱਚੋਂ ਇੱਕ ਬਾਬਾ ਫਰੀਦ ਜੀ ਦੇ ਸਲੋਕ ਦੀ ਆਪਾਂ ਟੇਕ ਲੈ ਲਈਏ। ਬਾਬਾ ਫਰੀਦ ਜੀ ਨੇ ਵੀ ਬਾਣੀ ਦੇ ਵਿੱਚ ਬੜੀ ਇੱਕ ਇਹਦੇ ਨਾਲ ਮਿਲਦੀ ਗੱਲ ਐਗਜ਼ਾਮਪਲ ਦੇ ਤੌਰ ਤੇ ਵਰਤੀ ਹੈ। ਬਾਬਾ ਫਰੀਦ ਜੀ ਤੁਰੇ ਜਾਂਦੇ ਸੀ, ਤੁਰੇ ਜਾਂਦੇ ਆ, ਇੱਕ ਰਸਤੇ ਤੋਂ ਲੰਘੇ ਤੇ ਨਦੀ ਦੇ ਕਿਨਾਰੇ ਦੇ ਉੱਤੇ ਵੇਖਿਆ ਇੱਕ ਬਗਲਾ ਖੇਡਾਂ ਕਰ ਰਿਹਾ, ਆਪਣੀ ਖੇਡਾਂ ਦੇ ਵਿੱਚ ਬੜਾ ਮਸਤ। ਤੇ ਬਗਲੇ ਨੇ ਮਛਲੀਆਂ ਦੇ ਨਾਲ ਚੂਜਾਂ ਕਰ ਰਿਹਾ, ਕਦੇ ਮਛਲੀ ਨੂੰ ਫੜ ਲਏ ਤੇ ਕਦੇ ਛੱਡਦਾ ਹੈ, ਬਗਲੇ ਦੀ ਆਪਣੀ ਜ਼ਿੰਦਗੀ ਦੀ ਮਸਤੀ, ਬਗਲਾ ਆਪਣੇ ਆਪ ਨੂੰ ਬਾਦਸ਼ਾਹ ਸਮਝੇ, ਰੱਬ ਨੂੰ ਵੀ ਭੁੱਲਿਆ ਹੋਇਆ ਉਸ ਟਾਈਮ। ਤੇ ਬਾਬਾ ਫਰੀਦ ਜੀ ਨੇ ਜਦੋਂ ਵੇਖਿਆ ਕਿ ਬਗਲਾ ਮੱਛੀਆਂ ਫੜਦਾ ਹੈ, ਪਰ ਹੋਇਆ ਕੁਝ ਹੋਰ, ਬਗਲੇ ਨੇ ਜਿਸ ਵੇਲੇ ਮੱਛੀ ਫੜਨ ਦੇ ਲਈ ਚੁੰਜ ਪਸਾਰੀ ਹੋਈ ਹੈ ਤੇ ਹੁੰਦਾ ਇਹ ਹੈ ਕਿ ਇੱਕਦਮ ਉੱਤੋਂ ਇੱਕ ਬਾਜ ਆਉਂਦਾ, ਬਾਜ ਐਸੀ ਝਪੱਟ ਮਾਰਦਾ ਕਿ ਬਗਲੇ ਨੂੰ ਚੁੱਕ ਕੇ ਲੈ ਜਾਂਦਾ। ਬਾਬਾ ਫਰੀਦ ਜੀ ਨੇ ਉਹ ਦੇਖਿਆ ਸਭ ਕੁਝ, ਤੇ ਜੋ ਉਹਨਾਂ ਵੇਖਿਆ ਬਾਣੀ ਚ ਲਿਖ ਦਿੱਤਾ। ਉਹ ਲਿਖਦੇ ਆ ਬਾਣੀ ਵਿੱਚ, ਬਾਬਾ ਫਰੀਦ ਜੀ ਦੇ ਸ਼ਲੋਕਾਂ ਚ ਆਉਂਦਾ ਜੀ, ਉਹ ਲਿਖਦੇ ਨੇ, ਫਰੀਦਾ ਦਰਿਆ ਵੈ ਕੰਨਾ ਹੈ ਬਗਲਾ ਬੈਠਾ ਕੇਲ ਕਰੇ, ਤੇ ਨਾਲੇ ਉਹਨਾਂ ਕਹਿ ਦਿੱਤਾ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਅਗਲੀ ਪੰਕਤੀ ਚ ਉਹ ਕਹਿੰਦੇ ਨੇ ਕੇਲ ਬਾਜ ਪਏ ਤੇ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੇ ਗਾਲੀ ਰੱਬ ਦੀਆਂ। ਹੁਣ ਇਹ ਉਦਾਹਰਨ ਬਿਲਕੁਲ ਇੰਨ ਮੈਨੂੰ ਸਾਡੀ ਜ਼ਿੰਦਗੀ ਤੇ ਟੁੱਕਦੀ ਹੈ ਜੀ, ਜਿਵੇਂ ਬਗਲੇ ਕੇਲ ਕਰ ਰਹੇ ਸੀ, ਖੇਡਾਂ ਕਰ ਰਹੇ ਸੀ, ਅੱਜ ਦੇ ਸਮੇਂ ਇਨਸਾਨ ਮਨੁੱਖ ਉਹ ਬਗਲੇ ਦੀ ਤਰ੍ਹਾਂ ਹੀ ਦੀ ਹਾਲਤ ਸੀ ਤੇ ਆਪਣੇ ਆਪ ਨੂੰ ਇਹ ਸਭ ਕੁਝ ਸਮਝੀ ਬੈਠਾ। ਇੱਥੇ ਤੱਕ ਵੀ ਹੋ ਰਿਹਾ ਕਿ ਲੋਕ ਰੱਬ ਤੋਂ ਵੀ ਮੁਨਕਰ ਹੋ ਗਏ, ਇਹੋ ਜਿਹੇ ਦੇਸ਼ ਵੀ ਹੈ, ਅਹੀਆਂ ਜਮਾਤਾਂ ਵੀ ਹੈ, ਇਹੋ ਜਿਹੇ ਲੋਕ ਵੀ ਹੈ, ਪਰ
ਇਹ ਜੋ ਆਫ਼ਤ ਇੱਕ ਤਰ੍ਹਾਂ ਦੀ ਆਈ ਹੈ, ਇਹਨੂੰ ਬਾਬਾ ਫਰੀਦ ਜੀ ਕਹਿੰਦੇ ਇਹ ਮੌਤ ਦਾ ਪਰਛਾਵਾ, ਇਹਨੂੰ ਬਾਬਾ ਕਬੀਰ ਜੀ ਨੇ ਇਸ ਤਰੀਕੇ ਨਾਲ ਵਰਤਿਆ ਹੈ, ਇਹਨੂੰ ਕਹਿੰਦੇ ਕਾਲ ਅਹੇਰੀ ਫਿਰੈ ਬਧਕ ਜਿਉਂ ਕਹੋ ਕਵਨ ਵਿਧ ਕੀ ਕਹਿ। ਕਾਲ ਦਾ ਸ਼ਿਕਾਰੀ ਜਿਵੇਂ ਸਿਰ ਤੇ ਨਹੀਂ ਘੁੰਮਦਾ, ਲੋਕੀ ਡਰਦੇ ਹੈ। ਜਿਵੇਂ ਇੱਕ ਛੋਟੇ ਜੇ ਮਿਰਗ ਹਿਰਨ ਭੱਜਿਆ ਜਾਂਦਾ, ਲੁਕਦਾ ਆਪਣੀ ਜਾਨ ਬਚਾਉਂਦਾ ਵੀ ਕਿਤੇ ਮੇਰੇ ਤੇ ਸ਼ਿਕਾਰੀ ਮੈਨੂੰ ਮਾਰ ਨਾ ਦੇਵੇ। ਤੇ ਇਸ ਤਰੀਕੇ ਇਹ ਰੋਗ ਬਣ ਕੇ ਆ ਗਿਆ ਕਹਿ ਲੋ ਕਿ ਇੱਕ ਤਰ੍ਹਾਂ ਦਾ, ਕਿ ਜੋ ਬੰਦੇ ਨੂੰ ਇਉਂ ਕਹਿ ਸਕਦੇ ਆ ਜੋ ਮਨ ਚਿੱਤ ਨਾ ਚੇਤੇ ਸਨ। ਜਦੋਂ ਇੱਥੋਂ ਅਸੀਂ ਅੱਜ ਤੋਂ ਇੱਕ ਮਹੀਨੇ ਪਹਿਲਾਂ ਦੀ ਗੱਲ ਕਰਨੀ, ਇੱਕ ਮਹੀਨਾ ਪਹਿਲਾਂ ਕੋਈ ਕਹਿੰਦਾ ਸੀ ਇਹ ਗੱਲ ਵੀ ਏਦਾਂ ਹੋ ਜਾਏਗਾ, ਸੜਕਾਂ ਸੁੰਨੀਆਂ ਹੋ ਜਾਣਗੀਆਂ, ਆਉਣ ਜਾਣ ਦੇ ਸਾਧਨ ਬੰਦ ਹੋ ਜਾਣਗੇ, ਟ੍ਰੇਨਾਂ ਬੰਦ ਹੋ ਜਾਣਗੀਆਂ, ਬੱਸਾਂ ਬੰਦ ਹੋ ਜਾਣਗੀਆਂ, ਜਹਾਜ਼ ਬੰਦ ਹੋ ਜਾਣਗੇ, ਜੇ ਕੋਈ ਏਦਾਂ ਦੀ ਗੱਲ ਕਰਦਾ ਸੀ ਤੇ ਲੋਕੀ ਕਹਿੰਦੇ ਸੀ ਪਾਗਲ ਹੋ ਗਿਆ, ਮੂਰਖ ਹੈ, ਏਦਾਂ ਕਿਵੇਂ ਹੋ ਜਾਊਗਾ। ਪਰ ਇਹ ਜੋ ਮਨ ਚਿੱਤ ਨਾ ਚੇਤੇ ਸਨ, ਫਿਰ ਇਹ ਕਿਹਦੀਆਂ ਨੇ? ਬਾਬਾ ਫਰੀਦ ਜੀ ਕਹਿੰਦੇ ਸੋ ਗੱਲ ਹੀ ਰੱਬ ਕੀਆਂ, ਇਹ ਗੱਲਾਂ ਰੱਬ ਕਰ ਸਕਦਾ, ਕੋਈ ਬੰਦਾ ਨੀ। ਦੁਨੀਆ ਦਾ, ਤੁਹਾਡੇ ਇੰਗਲੈਂਡ ਦਾ ਜਾਂ ਸਾਡੇ ਇੰਡੀਆ ਦਾ ਜਾਂ ਅਮੈਰੀਕਾ ਦਾ ਜਾਂ ਕਿਸੇ ਵੀ ਕੰਟਰੀ ਦਾ ਵੱਡੇ ਤੋਂ ਵੱਡਾ ਲੀਡਰ, ਰਾਜਾ ਜਾਂ ਸ਼ਾਸਕ, ਇੱਥੋਂ ਤੱਕ ਕੋਈ ਇੱਕ ਦੇਸ਼ ਦਾ ਤਾਨਾਸ਼ਾਹ ਇੱਕ ਦੇਸ਼ ਚ ਕਰ ਸਕਦਾ ਹੁਕਮ, ਪਰ ਪੂਰੀ ਕਾਇਨਾਤ ਕਹਿ ਲਓ ਕਿ ਪੂਰੀ ਦੁਨੀਆ ਨੂੰ ਮੁੱਠੀ ਚ ਕਰਕੇ ਰੱਖ ਦਿੱਤਾ, ਇਹ ਰੱਬ ਦਾ ਹੁਕਮ, ਇਹਨੂੰ ਅਸੀਂ ਕਹਿੰਦੇ ਹਾਂ ਜੀ। ਤੇ ਹੋ ਰਿਹਾ ਇਹ, ਤੇ ਇਹ ਉਹ ਹੋ ਰਿਹਾ ਜਿਹਨੂੰ ਕਹਿੰਦੇ ਆ ਕਿ ਜੋ ਮਨ ਚਿੱਤ ਨਾ ਚੇਤੇ ਸਨ, ਉਹ ਹੋ ਰਿਹਾ। ਭਾਈ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਏਦਾਂ ਹੀ ਚੱਲ ਰਹੀ ਹੈ ਜੀ। ਜਿਸ ਤਰ੍ਹਾਂ ਆਪਾਂ ਆਪ ਜੀ ਜ਼ਿਕਰ ਕਰ ਰਹੇ ਹੋ, ਬਾਣੀ ਦੇ ਨਾਲ ਆਪ ਜੀ ਸੇਧ ਬਖਸ਼ਦੇ ਹੋ ਕਿ ਉਹ ਸੰਸਾਰ ਜਿਹਦੇ ਵਿੱਚ ਹਰ ਚੀਜ਼ ਦੀ ਰੇਸ ਲੱਗੀ ਸੀ ਜੀ, ਹਰ ਚੀਜ਼ ਇੱਕ ਮਤਲਬ ਗੋਲੀ ਅੰਗਰ ਇਨਸਾਨ ਵੀ ਲੱਗਾ ਸੀ, ਤੇ ਹਰ ਚੀਜ਼ ਦੀ ਰੇਸ ਇੰਨੀ ਤੇਜ਼ ਸੀ ਕਿ ਜਿਹਨੂੰ ਪੁੱਛੋ ਸਮਾਂ ਹੀ ਨਹੀਂ ਸੀ। ਅੱਜ ਤੁਸੀਂ ਦੇਖ ਲਓ ਕਿ ਸਭ ਕੁਛ ਸਮਾਂ ਘਰ ਬੈਠ ਕੇ ਆਪਣੇ ਘਰਾਂ ਚ ਕੈਦ ਹੋ ਕੇ ਸਮਾਂ ਬਣ ਗਿਆ। ਇਹ ਬਿਲਕੁਲ ਦੇਖੋ ਜਦੋਂ ਆਪਾਂ ਪੜ੍ਹਦੇ ਗੁਰਬਾਣੀ, ਤੇ ਜਾਂ ਕਹਿ ਲਓ ਕਿ ਗੁਰਮਤ ਜਿਹੜੀ ਪੂਰੀ ਦੀ ਪੂਰੀ ਲਾ ਲਓ, ਉਹਦੇ ਵਿੱਚ ਬਾਣੀ ਲਾ ਲਓ, ਬਾਣੀ ਦਾ ਫਲਸਫਾ ਲਾ ਲਓ, ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ, ਉਹਨਾਂ ਦਾ ਇਤਿਹਾਸ ਲਾ ਲਓ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਸਿੱਖ ਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਜਿਉਣ ਦਾ ਇੱਕ ਤਰੀਕਾ ਦੱਸਿਆ, ਗੁਰਮਿਲ ਚੱਜ ਆਚਾਰ ਸਿੱਖ। ਗੁਰੂ ਨੂੰ ਮਿਲ ਕੇ ਅਸੀਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣਾ ਹੁੰਦਾ ਹੈ, ਜਿਹਦੇ ਵਿੱਚ ਗੁਰਸਿੱਖ ਨੂੰ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਜਿਉਣ ਦਾ ਢੰਗ ਤੇ ਤਰੀਕਾ ਦੱਸਿਆ, ਗੁਰਸਿੱਖ ਨੇ ਕਿਵੇਂ ਜਿਉਣਾ। ਜੇ ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਇਤਿਹਾਸ ਜਾਂ ਉਹਨਾਂ ਦੀ ਜਿਹੜੀ ਕਾਜੀ ਰੁਕਨਦੀਨ ਦੇ ਨਾਲ ਬੂਸਟ ਹੋਈ ਹੈ, ਉਹਦੇ ਵਿੱਚ ਮਹਾਰਾਜ ਨੂੰ ਪੁੱਛਦਾ ਉਹ ਕਾਜੀ, ਗੁਰੂ ਨਾਨਕ ਦੇਵ ਸਾਹਿਬ ਨੂੰ ਮਹਾਰਾਜ ਪੈਸੇ ਦੀ ਵੀ ਲੋੜ ਹੈ ਜੀ, ਕਿੰਨੀ ਕੁ ਲੋੜ ਹੈ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਉੱਥੇ ਆਖਿਆ ਵੀ ਇਹ ਜਿਹੜਾ ਪੈਸਾ ਹੈ ਇਹ ਇੰਨਾ ਕੁ ਹੋਣਾ ਚਾਹੀਦਾ ਜਿਹਦੇ ਨਾਲ ਬੰਦੇ ਦਾ ਨਿਰਵਾਹ ਹੋ ਸਕੇ। ਗੁਰੂ ਹਰਗੋਬਿੰਦ ਸਾਹਿਬ ਦਾ ਇਤਿਹਾਸ ਪੜ੍ਹ ਲਓ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਫਕੀਰ ਨੂੰ ਹੁਕਮ ਦਿੱਤਾ ਸੀ, ਉਹਦੇ ਨਾਲ ਵਚਨ ਵਿਚਾਰ ਚਰਚਾ ਕਰਦੇ ਇਹ ਗੱਲ ਆਖੀ ਸੀ ਕਿ ਜਿਹੜਾ ਪੈਸਾ ਇਹ ਗੁਜਰਾਨ ਮਾਤਰ ਹੈ, ਗੁਜ਼ਾਰੇ ਜੋਗਾ, ਪਰ ਹੋ ਕੀ ਗਿਆ ਬੰਦੇ ਨੇ ਜੀ ਇਹਨੂੰ ਕਹਿ ਲਓ ਕਿ ਕੌਡੀ ਕੌਡੀ ਜੋੜ ਤੇ ਜੋੜੇ ਲੱਖ ਕਰੋੜ, ਜੋੜਦਿਆਂ ਜੋੜਦਿਆਂ ਆਪਣੇ ਲਈ ਤੇ ਇਕੱਠਾ ਕਰਾਂ, ਦੂਜਿਆਂ ਲਈ ਵੀ ਕਰਦਾ, ਪਿਛਲਿਆਂ ਲਈ ਵੀ ਕਰ ਜਾਵਾਂ, ਉਦੋਂ ਪਿਛਲਿਆਂ ਲਈ ਵੀ ਕਰ ਜਾਵਾਂ। ਪਰ ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਵੀ ਤੈਨੂੰ ਇਹਦੀ ਲੋੜ ਤਾਂ ਹੈ, ਇਹ ਨਹੀਂ ਹੈ ਕਿ ਗੁਰਮਤ ਜਾਂ ਗੁਰਬਾਣੀ ਇਸ ਚੀਜ਼ ਨੂੰ ਕਹਿੰਦੇ ਵੀ ਤੁਹਾਨੂੰ ਲੋੜ ਨਹੀਂ ਇਹਦੀ, ਲੋੜ ਤੇ ਹੈ। ਗੁਰਬਾਣੀ ਵਿੱਚ ਇਸ ਤਰ੍ਹਾਂ ਦੇ ਸ਼ਬਦ ਵੀ ਤੁਹਾਨੂੰ ਮਿਲਣਗੇ ਜਿਹਦੇ ਵਿੱਚ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ ਗ੍ਰਹਿ ਸ਼ੋਭਾ, ਉੱਥੇ ਮਾਇਆ ਵਰਤੇ ਆ ਸ਼ਬਦ ਇਹਨੂੰ, ਗ੍ਰਹਿ ਸ਼ੋਭਾ ਜਿਹਨੂੰ ਮਾਇਆ ਨੂੰ ਕਹਿੰਦੇ ਆਪਾਂ, ਗ੍ਰਹਿ ਸ਼ੋਭਾ ਕਹਿੰਦੇ, ਗ੍ਰਹਿ ਸ਼ੋਭਾ ਜਾ ਕੇ ਰੇ ਨਾਹੀਂ ਆਵਤ ਪਹੀਆ ਖੁਦੇ ਜਾਹੇ। ਮਹਾਰਾਜ ਕਹਿੰਦੇ ਜਿਹਦੇ ਘਰ ਇਹ ਹੈ ਨੀ, ਉਹਦੇ ਕੋਈ ਆਇਆ ਗਿਆ ਕੋਈ ਬੰਦਾ ਆ ਜਾਏ ਤੇ ਬੰਦੇ ਭੁੱਖੇ ਮੁੜ ਜਾਣਗੇ, ਇਸ ਲਈ ਇੰਨਾ ਕੁ ਤੁਹਾਡੇ ਕੋਲ ਹੋਣਾ ਚਾਹੀਦਾ, ਤੁਸੀਂ ਛਕ ਲਓ ਕੁੱਝ, ਆਪ ਪੇਟ ਭਰ ਕੇ ਖਾ ਲਵੋ, ਗੁਜ਼ਾਰੇ ਜੋਗਾ, ਪਰਿਵਾਰ ਦੀ ਵੀ ਹੋ ਜਾਏ। ਪਰ ਆਮ ਬੰਦੇ ਦੀਆਂ ਜਿਹੜੀਆਂ ਲੋੜਾਂ ਨੇ, ਰੋਟੀ ਕੱਪੜਾ ਤੇ ਮਕਾਨ ਹੈ ਜੀ, ਹਨਾ,
ਮਕਾਨ ਹੁਣ ਉਹਦੇ ਵਿੱਚ ਫਿਰ ਜੇ ਮਕਾਨਾਂ ਦੀ ਤ੍ਰਿਸ਼ਨਾ ਲੱਗ ਜਾਏ, ਜਿਵੇਂ ਬਾਣੀ ਵਿੱਚ ਆਉਂਦਾ ਭਗਤ ਤ੍ਰਿਲੋਚਨ ਜੀ ਦਾ ਸ਼ਬਦ ਆਉਂਦਾ, ਕਈ ਬੰਦਿਆਂ ਨੂੰ ਹੁੰਦਾ ਵੀ ਇੱਥੇ ਵੀ ਬਣ ਜਾਏ, ਉੱਥੇ ਵੀ ਬਣ ਜਾਏ, ਇੱਧਰ ਵੀ ਬਣ ਜਾਏ, ਉੱਥੇ ਹੀ ਮੇਰਾ ਫਲੈਟ ਹੋਵੇ, ਉਹਨੂੰ ਕਿਰਾਏ ਤੇ ਦੇ ਦੇਵਾਂ, ਇਹ ਸਾਰੀ ਮਾਇਆ ਦੀ ਭੁੱਖ ਹੈ। ਤੇ ਉਹਦੇ ਲਈ ਫਿਰ ਮਹਾਰਾਜ ਨੇ ਉੱਥੇ ਵੀ ਬਾਣੀ ਵਿੱਚ ਉੱਥੇ ਵੀ ਇੱਕ ਸੰਕੇਤ ਦਿੱਤਾ ਮਹਾਰਾਜ ਨੇ, ਉਹਦੇ ਵਿੱਚ ਆਖਿਆ ਕਿ ਜਿਹੜਾ ਬੰਦਾ ਇਹੀ ਹੈ ਕਿ ਮੈਨੂੰ ਇੱਥੇ ਮੰਦਿਰ ਮਿਲ ਜਾਏ, ਇੱਥੇ ਘਰ ਮਿਲ ਜਾਏ, ਤੇ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਮਰ ਜਾਏ, ਤੇ ਫਿਰ ਮਹਾਰਾਜ ਨੇ ਉਹਨੂੰ ਪ੍ਰੇਤ ਚੋਣ ਬਲ ਵਾਲੇ ਉੱਤਰ ਅੰਤਕਾਲ ਜੇ ਮੰਦਿਰ ਸਿਮਰ ਹੈ ਨਾ। ਜਿਹੜਾ ਬੰਦਾ ਮੰਦਿਰਾਂ ਨੂੰ ਘਰਾਂ ਨੂੰ ਸਿਮਰਦਾ ਰਹੇ, ਐਸੀ ਚਿੰਤਾ ਮਹਿੰਜੇ ਮਰੈ ਪ੍ਰੇਤ ਜੋਨ ਬਲ ਵਾਲੇ ਉੱਤਰ ਹੈ। ਮਹਾਰਾਜ ਕਹਿੰਦੇ ਉਹ ਪ੍ਰੇਤ ਜੂਨੀ ਵਿੱਚ ਜਾਂਦਾ। ਇਸੇ ਤਰੀਕੇ ਨਾਲ ਹਰੇਕ ਚੀਜ਼ ਦੀ ਮਹਾਰਾਜ ਨੇ ਸਾਨੂੰ ਇੱਕ ਕਹਿ ਲਓ ਕਿ ਹਰੇਕ ਚੀਜ਼ ਦੀ ਸਾਨੂੰ ਲਿਮਿਟ ਦਿੱਤੀ ਹੈ। ਹੁਣ ਗੱਡੀਆਂ ਨੇ ਸਾਡੇ ਕੋਲ ਚੱਲਦੀਆਂ ਨੇ ਜੀ, ਉਹਨਾਂ ਦੀ ਵੀ ਇੱਕ ਲਿਮਿਟ ਹੈ ਵੀ ਇੰਨੀ ਕੁ ਤੁਸੀਂ ਸਰਕਾਰਾਂ ਨੇ, ਤੁਸੀਂ ਇੰਗਲੈਂਡ ਦੇ ਚੱਲਣ ਵਾਲੇ ਰੋਡ ਦੇ ਉੱਤੇ ਉਹਨਾਂ ਵਿਸ਼ੇਸ਼ ਕਰਕੇ ਲਿਖਿਆ ਹੁੰਦਾ ਵੀ ਇੱਥੇ ਤੁਸੀਂ 50 ਦੀ ਸਪੀਡ ਤੇ ਜਾ ਸਕਦੇ, ਇੱਥੇ ਤੁਸੀਂ 100 ਦੀ ਸਪੀਡ ਤੇ ਜਾ ਸਕਦੇ, ਇੱਥੇ ਤੁਸੀਂ ਇੰਨੀ ਸਪੀਡ ਕਰ ਸਕਦੇ, ਇਹ ਜਾਣੀ ਕਿ ਸਾਰਾ ਕੁਝ ਦੱਸਿਆ ਜਾ ਸਕਦਾ ਜੀ। ਬਿਲਕੁਲ। ਤੇ ਜੇ ਕੋਈ ਉਹ ਤੋਂ ਵੱਧ ਚੱਲਦਾ ਹੈ ਤੇ ਫਿਰ ਉਹ ਗੱਡੀ ਦਾ ਵੀ ਨੁਕਸਾਨ ਹੈ, ਉਹਨੂੰ ਫਿਰ ਇਸ ਤਰੀਕੇ ਆਉਣ ਸਮਝ ਲਓ ਕਿ ਉਹਨੂੰ ਜੁਰਮਾਨਾ ਵੀ ਹੈ। ਏਦਾਂ ਹੀ ਅਸੀਂ ਜਿਹੜਾ ਸਰੀਰ ਹੈ ਇਹਦੀ ਹਰੇਕ ਚੀਜ਼ ਦੀ ਗੁਰੂ ਸਾਹਿਬ ਨੇ ਸਾਨੂੰ ਲਿਮਿਟ ਦੱਸੀ ਹੈ ਵੀ ਜਦੋਂ ਤੁਸੀਂ ਅੰਮ੍ਰਿਤ ਛਕਦੇ ਹੋ ਜੀ, ਅੰਮ੍ਰਿਤ ਛਕਦੇ ਹੋ ਤੇ ਫਿਰ ਉਹਦੇ ਵਿੱਚ ਇਹ ਪੰਜ ਪਿਆਰੇ ਵਿਸ਼ੇਸ਼ ਕਰਕੇ ਦੱਸਦੇ ਆ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਤੁਸੀਂ ਜੀ, 2.5 ਘੰਟੇ ਜ਼ਰੂਰ ਸਮਾਂ ਕੱਢਣਾ ਹੈ ਸਿਮਰਨ ਦੇ ਲਈ। ਪੰਜ ਪਿਆਰੇ ਮੈਨੂੰ ਤਾਂ ਦੱਸਿਆ ਸੀ, ਤੁਹਾਨੂੰ ਵੀ ਦੱਸਿਆ ਹੋਣਾ, ਔਰ ਉਹਦੇ ਲਈ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਵੀ ਦੱਸਿਆ। ਪਰ ਤੁਸੀਂ ਇਹ ਦੇਖੋਗੇ ਕਿ ਲੋਕ ਏਦਾਂ ਦੇ ਵੀ ਮਿਲਣਗੇ, ਸਾਡੇ ਕੋਲ ਬੜੇ ਲੋਕ ਏਦਾਂ ਦੀਆਂ ਜੀ ਸਿਫਾਰਿਸ਼ਾਂ ਲੈ ਕੇ ਆਉਂਦੇ ਹੁੰਦੇ ਸੀ ਜੀ, ਪੰਜ ਬਾਣੀਆਂ ਦਾ ਨਿਤਨੇਮ ਟਾਈਮ ਵੱਧ ਲੱਗ ਜਾਂਦਾ ਜੀ, ਇਹ ਘੱਟ ਹੋਣਾ ਚਾਹੀਦਾ ਜੀ, ਇਹ ਤਿੰਨ ਬਾਣੀਆਂ ਦਾ ਹੋਣਾ ਚਾਹੀਦਾ। ਤੇ ਇਹ ਕਈ ਬੰਦੇ ਐਸੇ ਵੀ ਫਿਰ ਗੱਲਾਂ ਕਰਨ ਵਾਲੇ ਮਿਲ ਜਾਣਗੇ ਜੀ, ਜਪਜੀ ਸਾਹਿਬ ਇਹ ਕਰ ਲਵੇ ਫਿਰ ਕਿਹੜਾ ਜੀ ਵਿਗੜਨ ਲੱਗਿਆ ਕੁਛ, ਫਿਰ ਕਿਹੜਾ ਗੁਰੂ ਸਾਹਿਬ ਪਿਆਰ ਨਹੀਂ ਕਰਦੇ। ਤੇ ਜਿਹੜੀ ਬੰਦਾ ਉਹੀ ਸੋਚ ਲਵੇ ਵੀ ਜਿਹੜਾ ਕੰਮ ਦੁਕਾਨ ਤੇ ਅਸੀਂ ਕੰਮ ਕਰਦੇ ਹਾਂ 8 ਘੰਟੇ ਕੰਮ ਕਰਕੇ ਗੁਜ਼ਾਰਾ ਹੋ ਸਕਦਾ ਹੈ, ਤੇ ਪਰ ਤੁਸੀਂ ਤੁਹਾਡੇ ਇੱਥੇ ਇੰਡੀਆ ਵਿੱਚ ਤੇ ਮੈਂ ਚੀਜ਼ ਘੱਟ ਦੇਖੀ ਹੈ, ਤੁਹਾਡੇ ਇੱਧਰ ਮੈਂ ਵੱਧ ਦੇਖੀ ਹੈ ਕਿ ਬੰਦੇ ਬਹੁਤ ਕੰਮ ਕਰਦੇ ਹੈ ਹਨਾ, ਪਤਾ ਨੀ ਉਹਨਾਂ ਦਾ ਗੁਜ਼ਾਰਾ ਨੀ ਹੁੰਦਾ ਜਾਂ ਇਹਨਾਂ ਦੇ ਸਿਸਟਮ ਨੇ, ਪਰ ਅਗਰ ਕਹਿ ਲਓ ਇਹਨੂੰ ਕਹਿ ਲਓ ਕਿ ਸੰਤੋਖ ਨਾਲ ਜ਼ਿੰਦਗੀ ਕੱਟਣੀ ਚਾਹੀਦੀ ਹੈ, ਫਿਰ ਅਗਰ ਸਹੀ ਤਰੀਕੇ ਨਾਲ ਹਨਾ ਥੋੜਾ ਜਾ ਜਿੰਨੀ ਕੁ ਲੋੜ ਅਨੁਸਾਰ ਕੰਮ ਕਰਨਾ, ਉਨੀ ਕੁ ਮਾਇਆ ਨੂੰ ਸੰਕੋਚ ਨਾਲ ਵਰਤਣਾ। ਜੇ ਅਸੀਂ ਆਖੀਏ ਵੀ ਖੂਬ ਉਡਾਈਏ ਮਾਇਆ ਨੂੰ ਪੈਸੇ ਨੂੰ ਤੇ ਹੋਰ ਪਾਸੇ ਉਡਾ ਦਈਏ ਤੇ ਫਿਰ ਚੈਨ ਨਹੀਂ ਪੈ ਸਕਦਾ ਸਾਨੂੰ, ਫਿਰ ਨਾ ਬਾਣੀ ਪੜ੍ਹੀ ਜਾਏਗੀ, ਨਾ ਪਾਠ ਹੋਏਗਾ, ਨਾ ਕੁਝ ਹੋਰ ਹੋਏਗਾ। ਸੋ ਇਸ ਤਰੀਕੇ ਦੇ ਨਾਲ ਲੋਕੀ ਏਦਾਂ ਹੀ ਚੱਲ ਰਹੇ ਸੀਗੇ ਕਿ ਜਿਹੜਾ ਕਹਿਰ ਪੈ ਰਿਹਾ ਬੰਦੇ ਨੇ ਆਪਣੇ ਸਰੀਰ ਦਾ ਜਾਂ ਆਪਣੇ ਸੁਰਤ ਦਾ ਜਾਂ ਆਪਣੇ ਮਨ ਦਾ ਕੋਈ ਕਾਬੂ ਰੱਖਿਆ ਹੀ ਨਹੀਂ, ਉਦੋਂ ਡਿੱਗਦਾ ਹੈ ਜਦੋਂ ਬਿਲਕੁਲ ਡਿੱਗਣ ਸਾਰੇ ਸਿੱਧਾ ਹੀ ਸੁਖੋਪਤੀ ਚਲਾ ਜਾਂਦਾ। ਤਿੰਨ ਅਵਸਥਾਵਾਂ ਹੁੰਦੀਆਂ ਨੇ ਜੀ ਇਹ, ਉਹਨਾਂ ਦੇ ਅੱਜ ਕੱਲ ਥੋੜਾ ਜਿਹਾ ਇਹ ਡੂੰਘੀਆਂ ਗੱਲਾਂ ਘੱਟ ਸੁਣਦੇ ਜੀ ਸਰੋਤੇ ਆ ਜਿਹੜੇ, ਸਾਨੂੰ ਪੜ੍ਹਾਈਆਂ ਤਾਂ ਜਾਂਦੀਆਂ ਪਰ ਅੱਜ ਕੱਲ ਉਤਲੇ ਬਾਹਲੀਆਂ ਹਲਕੇ ਪੱਧਰ ਦੀਆਂ ਗੱਲਾਂ ਸੁਣਦੇ ਲੋਕੀ, ਪਰ ਫਿਰ ਵੀ ਤੁਹਾਡੇ ਸੰਗਤ ਚੈਨਲ ਦੇ ਸਰੋਤੇ ਥੋੜੇ ਜੇ ਮੈਂ ਇੰਨੇ ਕੁ ਜਾਣਦਾ ਵੀ ਸਰੋਤੇ ਸੁਣਦੇ ਆ ਗੱਲਾਂ ਇਹਨਾਂ ਨੂੰ। ਤਿੰਨ ਅਵਸਥਾਵਾਂ ਹੁੰਦੀਆਂ ਜੀ ਸੁਪਨ, ਪਹਿਲੀ ਜਾਗਰਤ ਹੈ, ਦੂਜੀ ਹੈ ਸੁਪਨ ਤੇ ਤੀਜੀ ਹੈ ਜੀ ਸੁਖੋਪਤ। ਜਾਗਰਤ ਜਿਹੜੀ ਆਪਾਂ ਹੁਣ ਜਾਗ ਰਹੇ ਹਾਂ, ਸੁਪਨ ਹੈ ਜਦੋਂ ਆਪਾਂ ਸੌਂ ਗਏ, ਸਰੀਰ ਸੌਂ ਗਿਆ, ਮਨ ਗਿਆਨ ਇੰਦਰੀ ਉਦੋਂ ਜਾਗਦੇ ਹੁੰਦੇ ਆ। ਉਦੋਂ ਬਾਅਦ ਸੁਖੋਪਤ ਹੁੰਦੀ ਹੈ ਜੀ ਜਦੋਂ ਮਨ ਵੀ ਨੀ ਹੁੰਦਾ, ਗਿਆਨ ਇੰਦਰੀ ਵੀ ਕੰਮ ਨੀ ਕਰਦੇ, ਉਦੋਂ ਤਾਂ ਜਾ ਕੇ ਮਨ ਵਿਦਿਆ ਚ ਲੀਨ ਹੋ ਜਾਂਦਾ, ਸਵੇਰੇ ਉੱਠ ਕੇ ਹੀ ਕਹਿੰਦੇ ਆ ਉਹ ਇੰਨੀ ਗੂੜੀ ਨੀਂਦ ਆਈ ਪਤਾ ਹੀ ਨੀ ਲੱਗਿਆ ਕਿੱਥੇ ਡਿੱਗਿਆ ਸੀ। ਤੁਹਾਡੇ ਲੋਕ ਆਉਂਦੀ ਤਾਂ ਸੁਪਨੇ ਪੂਰੇ ਕਰਨ, ਲੋਕੀ ਸਾਡੇ ਇੰਡੀਆ ਚ ਬੜਾ ਵੀ ਸੁਪਨੇ ਪੂਰੇ ਕਰਾਂਗੇ, ਪਰ ਮੈਂ ਸਮਝਦਾ ਲੋਕੀ ਸੁਪਨੇ ਲੈਣਾ ਵੀ ਭੁੱਲ ਜਾਂਦੇ ਆ, ਇੰਨਾ ਕੁ ਕੰਮ ਕਰਦੇ ਡਿੱਗਦੇ ਹੀ ਸੁਖੋਪਤੀ ਚਲੇ ਜਾਂਦੇ ਆ, ਨਾ ਉਹਨੂੰ ਇਹ ਪਤਾ ਵੀ ਸਰੀਰ ਨੂੰ ਕਿਵੇਂ ਕਿੰਨਾ ਕੁ ਸਮਾਂ ਦੇਣਾ ਹੈ, ਕਿੰਨਾ ਕਿਹਨੂੰ ਰੈਸਟ ਚਾਹੀਦਾ, ਕਿੰਨਾ ਕਿਹਨੂੰ ਖਾਣਾ ਚਾਹੀਦਾ। ਤੇ ਜਦੋਂ ਉਹ ਆ ਸਰੀਰ ਦੀ ਸੰਭਾਲ ਨਹੀਂ ਕਰ ਰਿਹਾ ਜੀ, ਤੋ ਫਿਰ ਮਨ ਦੀ ਕਿੱਥੇ ਕਰੇਗਾ ਜੀ, ਮਨ ਦੀ ਖੁਰਾਕ ਵੀ ਚਾਹੀਦੀ ਹੈ। ਇਸ ਲਈ ਕਾਫੀ ਕੁਛ ਹੋਇਆ ਪਿਆ ਜੀ, ਗੁਰਮਤ ਦਾ ਨਜ਼ਰੀਆ ਵੇਖਦੇ ਹਾਂ ਤੇ ਗੁਰਮਤ ਚ ਮਹਾਰਾਜ ਨੇ ਹਰੇਕ ਚੀਜ਼ ਨੂੰ ਨਾ ਜੀ ਕਹਿ ਲਓ ਕਿ ਬੈਲੈਂਸ ਕੀਤਾ ਸੀ ਮਹਾਰਾਜ ਨੇ, ਵੀ ਇੰਨਾ ਕੰਮ ਕਰ ਲਈ ਜਿਹਦੇ ਨਾਲ
ਤੇਰਾ ਢਿੱਡ ਭਰ ਜਾਏ, ਬਹੁਤੀ ਵੀ ਨਾ ਚੂਪੜੀਆਂ ਵੇਖ ਵੇਖ ਕੇ ਜੀ ਨਾ ਲਲਚਾਈ। ਉੱਥੇ ਫਿਰ ਉੱਥੇ ਦੀ ਬਾਣੀ ਚ ਆਖਿਆ ਮਹਾਰਾਜ ਨੇ ਫਰੀਦਾ, ਦੇਖ ਪਰਾਈ ਚੁਪੜੀ ਨਾ ਤਰਸਾਈ ਜੀਓ, ਸੁੱਖੀ ਸੁੱਖੀ ਖਾਏ ਕਿ ਠੰਡਾ ਪਾਣੀ ਪੀਓ। ਹਨਾ ਉੱਥੇ ਉੱਥੇ ਵੀ ਆਖਿਆ। ਤੇ ਫਿਰ ਨਾਲ ਉੱਥੇ ਫਿਰ ਜਦੋਂ ਬਾਬਾ ਫਰੀਦ ਜੀ ਦਾ ਜੀਵਨ ਪੜ੍ਹਦੇ ਆ, ਉਹਦੇ ਵਿੱਚ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ, ਮੇਰੀ ਭੁੱਖ ਜਿੰਨਾ ਖਾਧੀ ਚੁਪੜੀ, ਕਣੇ ਸਹਿਣ ਕੇ ਦੁੱਖ। ਇਸ ਤਰ੍ਹਾਂ ਦਾ ਜਦੋਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ ਫਿਰ ਉਹ ਜੀਵਨ ਮਿਲਦਾ ਜੀ। ਪਰ ਹੁਣ ਅਸੀਂ, ਮੈਂ ਸਮਝਦਾ ਕਿਤੇ ਨਾ ਕਿਤੇ ਅਸੀਂ ਆਹ ਦੂਜਿਆਂ ਨੂੰ ਤੇ ਕੀ ਕਹਿ ਸਕਦੇ ਹਾਂ ਜੀ, ਜਿਹੜੇ ਹਿੰਦੂ ਨੇ ਜਾਂ ਮੁਸਲਮਾਨ ਨੇ ਕ੍ਰਿਸਚਨ ਨੇ, ਉਹ ਤੇ ਬਾਣੀ ਤੋਂ ਦੂਰ ਨੇ। ਬਿਲਕੁਲ ਨਹੀਂ ਤੇ ਸਾਡੇ ਆਪਣੇ ਸਿੱਖਾਂ ਦੇ ਵਿੱਚ ਇਹ ਚੀਜ਼ ਨੀ ਦੇਖਣ ਨੂੰ ਮਿਲ ਰਹੀ, ਤੇ ਫਿਰ ਇਹ ਕੀ ਜਾ ਰਹੀ ਹੈ ਜੀ ਭਾਈ ਸਾਹਿਬ ਜੀ। ਬਿਲਕੁਲ ਜਿਸ ਤਰ੍ਹਾਂ ਆਪੀ ਜ਼ਿਕਰ ਕਰ ਰਹੇ ਹੋ ਕਿ ਇਸ ਔਖੀ ਘੜੀ ਦੇ ਵਿੱਚ ਸਿੱਖਾਂ ਨੇ ਮਹਾਰਾਜ ਅੱਗੇ ਅਰਦਾਸ ਬੇਨਤੀ ਜੋਦਰੀ ਤੇ ਨਾਮ ਸਿਮਰਨ ਦੀ ਦਾਤ ਬਖਸ਼ੀ ਕਿ ਆਪਾਂ ਜਪੀਏ ਤੇ ਮਹਾਰਾਜ ਅੱਗੇ ਦੰਡੌਤ ਕਰੀਏ। ਜਿਸ ਤਰ੍ਹਾਂ ਹਰ ਸਿੱਖ ਸਰਬੱਤ ਤੇ ਭਲੇ ਦੀ ਅਰਦਾਸ ਕਰਦਾ ਹੈ, ਇਸ ਸਮੇਂ ਤੇ ਇਹੀ ਸਿੱਖ ਨੂੰ ਇਸ ਮਾਰਗ ਤੇ ਵੱਧ ਚੜ੍ਹ ਕੇ ਬਾਣੀ ਅਤੇ ਗੁਰੂ ਮਹਾਰਾਜ ਦੇ ਅੱਗੇ ਉਹ ਤਾਂ ਅਸਾਂ ਉਸ ਅਕਾਲ ਪੁਰਖ ਦਾ ਹੀ ਲੈਣਾ ਪੈਣਾ ਹੈ, ਕਿਉਂਕਿ ਇਸ ਵਕਤ ਮਾਲਕ ਨੇ ਦਿਖਾ ਦਿੱਤਾ ਕਿ ਸਾਰੀ ਦੁਨੀਆਂ ਦੇ ਕਹਿੰਦੇ ਖਵਾਉਂਦੇ ਜੋ ਆਪਣੇ ਆਪ ਨੂੰ ਲੀਡਰ ਜੋ ਕਿਸੇ ਨੂੰ ਕੁਛ ਨੀ ਸਮਝਦੇ ਸਨ ਉਹ ਵੀ ਖੜ ਗਏ ਨੇ। ਗੱਲ ਇਹ ਹੈ ਜੀ ਭਾਈ ਸਾਹਿਬ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਅਰਦਾਸ ਬੇਨਤੀ ਕਰਨੀ ਪੈਣੀ ਹੈ। ਪਰ ਜਿਵੇਂ ਗੁਰਬਾਣੀ ਵਿੱਚ ਨਾ ਜੀ ਇੱਕ ਸ਼ਬਦ ਆਉਂਦਾ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਨਾ ਹਰਦਾਸ ਇੱਕ ਵੈਦ ਦਾ ਨਾਮ ਹੈ ਜੀ, ਵੈਦ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਜੀ। ਵੈਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬਾਂਹ ਫੜ ਕੇ ਦੇਖਣ ਲੱਗਦਾ। ਵੈਦ ਨੂੰ ਘਰਦਿਆਂ ਨੇ ਆਖਿਆ ਕਿਤੇ ਵੀ ਲੱਗਦਾ ਗੁਰੂ ਨਾਨਕ ਸਾਹਿਬ ਨੂੰ ਕੁਝ ਹੋ ਗਿਆ, ਬੋਲਦੇ ਨੀ, ਗੱਲਾਂ ਬਾਤਾਂ ਨੀ ਕਰਦੇ, ਹੱਸਦੇ ਨੀ, ਲੋਕਾਂ ਵਿੱਚ ਬੈਠਦੇ ਨੀ, ਬਾਹਰ ਨੀ ਜਾਂਦੇ ਬਹੁਤਾ। ਅਸੀਂ ਤੇ ਇਹ ਸਮਝਦੇ ਵੀ ਉਹੀ ਬੰਦਾ ਚੰਗਾ ਜਿਹੜਾ ਬਹੁਤਾ ਬੋਲੀ ਜਾਵੇ, ਉਦਾਂ ਹੀ ਟੱਪੀ ਜੇ ਜਾਵੇ, ਅਸੀਂ ਸਮਝਦੇ ਇਹ ਬੜਾ ਵਧੀਆ ਬੰਦਾ। ਇਹ ਕੋਈ ਜ਼ਿੰਦਗੀ ਜ਼ਰੂਰੀ ਨਹੀਂ ਹੁੰਦੀ ਜ਼ਿੰਦਗੀ ਵਿੱਚ। ਜਾਣੀ ਮੈਂ ਇੱਕ ਕਿਸੇ ਵਿਦਵਾਨ ਦੀਆਂ ਚੀਜ਼ਾਂ ਪੜ੍ਹ ਰਿਹਾ ਸੀ ਜੀ, ਗ੍ਰੰਥ ਪੜ੍ਹ ਰਿਹਾ ਸੀ, ਉਹਦੇ ਵਿੱਚ ਲਿਖਿਆ ਸੀ ਵੀ ਜੇ ਬੰਦਾ ਆਪਣੀ ਜ਼ਿੰਦਗੀ ਦੀ ਪੜਚੋਲ ਕਰੇ ਕਿਤੇ, ਇਹ ਦੇਖੇ ਫਰਜ਼ ਕਰੋ ਦਿਨ ਦੇ ਵਿੱਚ ਕਿੰਨਾ ਬੋਲਿਆ, ਅਸੀਂ ਆਪਣੇ ਉੱਤੇ ਟੁਕਾ ਲਈਏ ਵੀ ਕਿੰਨਾ ਬੋਲੇ ਅਸੀਂ ਜੀ। ਤੇ ਜੇ ਅਸੀਂ ਹਿਸਾਬ ਲਾਈਏ ਨਾ ਵੀ ਦਿਨ ਦੇ ਵਿੱਚ 100 ਸ਼ਬਦ ਅਸੀਂ ਬੋਲੇ, ਤੇ ਸ਼ਾਮ ਨੂੰ ਅਸੀਂ ਕਾਪੀ ਪੈਨ ਚੱਕ ਕੇ ਹਿਸਾਬ ਲਾ ਲਈਏ ਵੀ ਇਹਦੇ ਚੋਂ ਕਿੰਨੇ ਸ਼ਬਦ ਸੀ ਜ਼ਰੂਰੀ ਜਿਹੜੇ ਸਾਨੂੰ ਬੋਲਣੇ ਚਾਹੀਦੇ ਸੀ, ਤੇ ਤੁਸੀਂ ਸੱਚ ਜਾਣੇ ਹੋ ਤੁਹਾਨੂੰ 90% ਸ਼ਬਦ ਕੱਟਣੇ ਪੈਣਗੇ ਜਿੰਨਾ ਬਿਨਾਂ ਸਰ ਸਕਦਾ ਸੀ, ਜਿੰਨਾ ਬਿਨਾਂ ਸਰੇ ਸਕਦਾ ਸੀ, ਲੋੜ ਹੀ ਨਹੀਂ ਸੀ। ਬੇਵਜ੍ਹਾ ਬੋਲਦਾ ਬੰਦਾ ਜੀ, ਬੇਵਜ੍ਹਾ ਸੁਣਦਾ। ਮੈਂ ਇੱਕ ਵਿਦਵਾਨ ਦੀ ਕਿਸੇ ਦੀ ਜੀਵਨੀ ਪੜ੍ਹ ਰਿਹਾ ਸੀ, ਉਹਦੇ ਕੋਲ ਇੱਕ ਬੰਦਾ ਆਇਆ ਭੱਜਿਆ ਭੱਜਿਆ ਜੀ, ਭੱਜਿਆ ਆਇਆ ਤੇ ਉਹਨੂੰ ਕਹਿਣ ਲੱਗਾ, ਕਹਿੰਦਾ ਜੀ ਇੱਕ ਗੱਲ ਸੁਣੀ ਆ ਤੁਸੀਂ, ਉਹਦਾ ਦਰਵਾਜ਼ਾ ਖੜਕਾਇਆ। ਤੇ ਤੁਹਾਨੂੰ ਇਹ ਵੀ ਪਤਾ ਵੀ ਵਿਦਵਾਨ ਵਿਦਵਾਨ ਹੀ ਹੁੰਦੇ ਆ, ਉਹ ਵਿਦਵਾਨ ਵੀ ਸੀ, ਜਿੱਥੇ ਵਿਦਵਾਨ ਸੀ ਉੱਥੇ ਕਿਰਪਾ ਵਾਲਾ ਵੀ ਸੀ। ਇਹ ਦੋ ਚੀਜ਼ਾਂ ਹੁੰਦੀਆਂ ਜੀ, ਇੱਕ ਵਿਦਵਾਨ ਹੋਣਾ, ਇੱਕ ਜੀ ਤੇ ਕਿਰਪਾ ਵੀ ਹੋਵੇ। ਕਿਰਪਾ ਨਾਮ ਨਾਲ ਹੁੰਦੀ ਹੈ ਜੀ, ਵਿਦਵਤਾ ਜਿਹੜੀ ਉਹ ਮਿਹਨਤ ਨਾਲ ਵੀ ਮਿਲਦੀ। ਇਹ ਜੋ ਵੀ ਗੱਲ ਨਿਕਲ ਜਾਂਦੀ ਹੈ, ਇਹ ਜੋ ਕੋਈ ਕਿਸੇ ਬੰਦੇ ਨੇ ਆਖਿਆ ਸੀ ਜੀ, ਕਿਸਮਤ ਅਤੇ ਮਿਹਨਤ ਦਾ ਫਰਕ ਕੀ ਹੈ, ਉਹਨੇ ਬੜਾ ਸੋਹਣਾ ਵਿਦਵਾਨ ਨੇ ਉੱਤਰ ਦਿੱਤਾ ਸੀ, ਕਹਿੰਦਾ ਉਹ ਦੇਖ ਹਵਾ ਦੇ ਨਾਲ ਹਵਾ ਆਈ, ਹਵਾ ਕਿੱਡੀ ਉੱਚੀ ਲੈ ਗਈ ਕਾਗਜ਼ ਨੂੰ ਉਡਾ ਕੇ, ਇਹਨੂੰ ਕਿਸਮਤ ਕਹਿ ਸਕਦੇ। ਪਰ ਇੱਕ ਕਾਗਜ਼ ਲਿਆ ਕਿਸੇ ਕਾਰੀਗਰ ਨੇ, ਉਹਨੂੰ ਚਾਰੇ ਕੋਨਿਆਂ ਤੋਂ ਕੱਟ ਲਿਆ ਸਹੀ ਤਰੀਕੇ ਨਾਲ, ਉਹਨੂੰ ਐਨ ਬਣਾ ਲਿਆ, ਉਹਦੇ ਉੱਤੇ ਡੱਕਾ ਜਾ ਲਾ ਕੇ ਪਤੰਗ ਬਣਾ ਲਿਆ, ਪਤੰਗ ਬਣਾ ਕੇ ਉਹ ਚ ਧਾਗਾ ਪਾ ਲਿਆ, ਹੁਣ ਉਹ ਵੀ ਉੱਡਦਾ। ਉਹਦੇ ਕੋਲ ਕਿਸਮਤ ਤਾਂ ਨੀ ਸੀ, ਉਹਦੇ ਕੋਲ ਮਿਹਨਤ ਸੀ, ਮਿਹਨਤ ਨਾਲ ਵੀ ਉੱਡਿਆ ਜਾਂਦਾ। ਇਸ ਲਈ ਇਹ ਇਹ ਵਿਦਵਾਨ ਹੁੰਦੇ ਆ ਜਿਹੜੇ, ਇਹ ਮਿਹਨਤ ਨਾਲ ਵੀ ਬਣ ਜਾਂਦੇ ਆ, ਪਰ ਜਿਹੜੀ ਰਹਿਮਤ ਹੁੰਦੀ ਆ ਉਹ ਇੱਕ ਵੱਖਰੀ ਚੀਜ਼ ਆ, ਉਹ ਸਿਮਰਨ ਨਾਲ, ਨਿਮਰਤਾ ਨਾਲ, ਗੁਰੂ ਦੀ ਕਿਰਪਾ ਨਾਲ ਆਉਂਦੀ ਆ। ਉਹ ਜਿਹੜਾ ਸਾਧੂ ਸੀ, ਗੁਰਮੁਖ ਸੀ, ਵਿਦਵਾਨ ਸੀ, ਉਹ ਕੱਲਾ ਵਿਦਵਾਨ ਨੀ ਸੀ, ਕੱਲੀ ਪੰਡਤਾ ਹੀ ਨੀ ਸੀ, ਉਹਦੇ ਕੋਲ ਕਹਿ ਲਓ ਕਿ ਅੰਦਰ ਕੁਝ ਖੇਡ ਵੀ ਵਰਤੀ ਹੋਈ ਸੀ।
ਉਹਦੇ ਕੋਲ ਬੰਦਾ ਭੱਜਿਆ ਗਿਆ, ਕਹਿੰਦਾ ਜੀ ਤੁਸੀਂ ਇੱਕ ਗੱਲ ਸੁਣੀ ਆ, ਉਹਨੇ ਆਖਿਆ, ਉਹਨੇ ਦੇਖ ਲਿਆ, ਲਾ ਲਿਆ ਹਿਸਾਬ ਵੀ ਬੰਦੇ ਕੋਲ ਗੱਲ ਚੱਜ ਦੀ ਨਹੀਂ ਹੋਣੀ ਇਹਦੇ ਕੋਲ, ਕਿਉਂ ਤਰੀਕਾ ਇਹਦਾ ਵੀ, ਹਾਂਜੀ ਜੇ ਕੋਈ ਤੁਹਾਡੇ ਕੋਲ ਭੱਜ ਕੇ ਹੁੱਬ ਕੇ ਆ ਕੇ ਗੱਲ ਤੁਹਾਨੂੰ ਦੱਸੂਗਾ ਜ਼ਰੂਰ, ਆਮ ਤੌਰ ਤੇ ਚੰਗੀ ਗੱਲ ਦੱਸਣ ਲਈ ਬੰਦਾ ਮਿਹਨਤ ਹੀ ਨਹੀਂ ਕਰਦਾ ਵੀ ਦੂਰ ਜਾ ਕੇ ਦੱਸੇ ਤੁਹਾਨੂੰ, ਹਾਂਜੀ ਯਤਨ ਹੀ ਨਹੀਂ ਕਰਦਾ। ਬਾਣੀ ਨੇ ਮੋਹਰ ਲਾਤੀ ਬੁਰੇ ਕੰਮ ਕੋ, ਝੂਠ ਖਲੋਇਆ, ਭੱਜਦਾ ਜਦੋਂ ਬੁਰੇ ਕੰਮ ਦੀ ਗੱਲ। ਉਹ ਮਹਾਤਮਾ ਨੇ ਆਖਿਆ, ਕਹਿੰਦੇ ਇੱਕ ਮਿੰਟ ਰੁਕ, ਮੈਨੂੰ ਗੱਲ ਦੱਸਣ ਤੋਂ ਪਹਿਲਾਂ ਮੇਰੇ ਇੱਕ ਦੋ ਸਵਾਲ ਨੇ ਉਹਨਾਂ ਉਹਨਾਂ ਦਾ ਉੱਤਰ ਦੇ। ਜੀ ਕਹਿੰਦਾ ਜੀ ਕੀ? ਉਹ ਕਹਿੰਦਾ ਜਿਹੜੀ ਤੂੰ ਮੈਨੂੰ ਗੱਲ ਦੱਸਣ ਲੱਗਿਆ ਹੈ ਇਹ ਗੱਲ ਚੰਗੀ ਹੈ? ਉਹ ਸੋਚ ਕੇ ਕਹਿੰਦਾ ਬਈ ਇਹ ਗੱਲ ਚੰਗੀ ਤਾਂ ਨਹੀਂ ਹੈਗੀ। ਅੱਛਾ ਜੀ ਉਹ ਕਹਿੰਦਾ ਚੰਗਾ ਇੱਕ ਹੋਰ ਦੱਸ, ਇਹ ਗੱਲ ਜਿਹੜੀ ਤੂੰ ਮੈਨੂੰ ਦੱਸਣ ਲੱਗਾ ਇਹ ਗੱਲ ਜਿਹੜੀ ਸੱਚੀ ਹੈ? ਉਹ ਕਹਿੰਦਾ ਵੀ ਸੱਚੀ ਤਾਂ ਵੀ ਪਤਾ ਨਹੀਂ, ਮੈਂ ਤਾਂ ਅੱਗੋਂ ਸੁਣੀ ਹੈ। ਕਹਿੰਦਾ ਚੰਗਾ ਇਹ ਦੱਸ ਫਿਰ ਇੱਕ ਹੋਰ ਤੀਜੀ ਗੱਲ ਹੋਰ ਦੱਸ, ਕੀ ਇਹਦਾ ਕੋਈ ਮੇਰੇ ਨਾਲ ਸੰਬੰਧ ਹੈ? ਜੀ ਉਹ ਕਹਿੰਦਾ ਨਾ। ਅੱਗੋਂ ਵਿਦਵਾਨ ਕਹਿੰਦਾ ਯਾਰ ਜਿਹੜੀ ਗੱਲ ਸੱਚੀ ਨਹੀਂ, ਜਿਹੜੀ ਗੱਲ ਚੰਗੀ ਨਹੀਂ, ਜਿਹੜਾ ਮੇਰੇ ਨਾਲ ਸੰਬੰਧ ਨਹੀਂ, ਤੂੰ ਮੈਨੂੰ ਕਿਉਂ ਦੱਸਣ ਆ ਗਿਆ? ਮੇਰੇ ਦਿਮਾਗ ਚ ਕਿਉਂ ਪਈ ਜਾਂਦਾ? ਜੇ ਅਸੀਂ ਸਵੈ ਪ੍ਰਚੋਲ ਕਰੀਏ ਭਾਈ ਸਾਹਿਬ ਜੀ, ਤੇ ਸੱਚ ਜਾਣੇ ਅਸੀਂ ਜ਼ਿੰਦਗੀ ਦਾ ਬਹੁਤਾ ਸਮਾਂ ਐਵੇਂ ਗੁਜ਼ਾਰੀ ਜਾਂਦੇ ਹਾਂ ਬੇਅਰਥੇ, ਬੇਮਤਲਬ ਦੀਆਂ ਗੱਲਾਂ ਸੁਣ ਕੇ, ਬੇਮਤਲਬ ਦੇ ਬੋਲ ਬੋਲ ਕੇ। ਅੱਜ ਕੱਲ੍ਹ ਤੇ ਦੇਖੋ ਪੜ੍ਹੇ ਲਿਖੇ ਇਨਸਾਨ ਹੈ, ਯੁੱਗ ਬਹੁਤ ਅੱਗੇ ਪਹੁੰਚਿਆ ਹੋਇਆ ਹੈ, ਮੈਡੀਕਲ ਸਾਇੰਸ ਇਹ ਗੱਲ ਨੂੰ ਮੰਨਦੀ ਹੈ ਵੀ ਤੁਹਾਡੀ ਐਨਰਜੀ ਜਾ ਰਹੀ ਹੈ, ਬੋਲਣ ਨਾਲ ਬਹੁਤ ਐਨਰਜੀ ਜਾਂਦੀ ਹੈ, ਬੇਵਜ੍ਹਾ ਸੁਣਨ ਨਾਲ ਬਹੁਤ ਐਨਰਜੀ ਜਾਂਦੀ ਹੈ, ਬੇਵਜ੍ਹਾ ਦੇਖਣ ਨਾਲ ਬਹੁਤ ਐਨਰਜੀ ਜਾਂਦੀ ਹੈ, ਐਵੇਂ ਜਾਂਦੀ ਹੈ। ਤੇ ਮਹਾਰਾਜ ਨੇ ਉਸ ਤਰ੍ਹਾਂ ਦੀ ਗੱਲ ਨੂੰ ਕਾਹੇ ਉਸ ਤਰ੍ਹਾਂ ਦੀ ਗੱਲ ਨੂੰ ਵੀ ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚੱਖ ਮਾਰੀ ਆਖਿਆ ਮਹਾਰਾਜ ਨੇ, ਔਰ ਨਾਲ ਬੋਲਤ ਬੋਲਤ ਵਡੇ ਵਿਕਾਰ ਆਖਿਆ ਮਹਾਰਾਜ ਨੇ। ਤਾਂ ਇਸ ਕਰਕੇ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਸਵੈ ਪੜਚੋਲ ਬੜੀ ਲਾਜ਼ਮੀ ਹੈ, ਅਸੀਂ ਕੀ ਕਰ ਰਹੇ। ਗੁਰੂ ਨਾਨਕ ਦੇਵ ਸਾਹਿਬ ਕੋਲ ਵੈਦ ਆ ਗਿਆ, ਕਿਸੇ ਨੇ ਵੈਦ ਨੂੰ ਉਹ ਕਹਿ ਦਿੱਤਾ ਵੀ ਪਰਿਵਾਰ ਦਿਆਂ ਨੇ ਵੀ ਢਿੱਲੇ ਮੱਠੇ ਆ, ਗੁਰੂ ਨਾਨਕ ਜੀ ਕੋਲ ਆਇਆ ਤੇ ਮਹਾਰਾਜ ਜਦੋਂ ਬਾਂਹ ਫੜ ਕੇ ਨਬਜ ਦੇਖਣ ਲੱਗਾ, ਗੁਰੂ ਜੀ ਨੇ ਬਾਂਹ ਫੜ ਛਡਾ ਲਈ ਉਤੋਂ ਅਰਦਾਸ ਵੈਦ ਤੋਂ। ਕਹਿੰਦੇ ਕੀ ਕਰ ਰਹੇ ਹੋ? ਕਹਿੰਦਾ ਜੀ ਮੈਂ ਬੜਾ ਸਿਆਣਾ ਵੈਦ ਆ ਤੇ ਮੈਂ ਬਾਏ ਪਿਤ ਕਫ ਇਹ ਵੈਦਗੀ ਦੀਆਂ ਜਾਣੀ ਆਯੁਰਵੈਦ ਵੈਦਿਕ ਦੀਆਂ ਇਹ ਥਰੇਪੀਆਂ ਹੁੰਦੀਆਂ ਜੀ, ਇਹਨਾਂ ਦੇ ਉੱਤੇ ਚੱਲਦਾ ਕੰਮ, ਉਹ ਆਯੁਰਵੈਦ ਹੈ ਜਿਹੜਾ ਉਹ ਵਾਏ ਹਵਾ ਨੂੰ ਵੇਖਦੇ ਆ ਜੀ, ਗਰਮੀ ਨੂੰ ਵੇਖਦੇ ਆ ਜੀ, ਤੇ ਉਹ ਵੇਖਦੇ ਆ ਜੀ ਬਲਗਮ ਨੂੰ ਵੇਖਦੇ ਆ ਜੀ। ਚੌਥਾ ਇੱਕ ਗੁਰਪ੍ਰਤਾਪ ਸ੍ਰੀ ਨਾਨਕ ਪ੍ਰਕਾਸ਼ ਵਿੱਚ ਆਉਂਦਾ ਲਹੂ ਦਾ ਸੰਚਾਰ ਸਹੀ ਵੇਖਦੇ ਆ ਜੀ, ਚਾਰ ਚੀਜ਼ਾਂ ਤੇ ਕੰਮ ਕਰਦੇ ਆ ਜੀ। ਗੁਰੂ ਜੀ ਨੇ ਬਾਂਹ ਫੜ ਕੇ ਆਪਣੀ ਲਾਲ ਖੋਲੀ ਤੇ ਕਹਿੰਦੇ ਵੈਦ ਅਸਲ ਉਹ ਹੁੰਦਾ ਜਿਹੜਾ ਵੈਦ, ਉਹਨੂੰ ਪੁੱਛਿਆ ਵੀ ਕੀ ਕਰੇਗਾ? ਕਹਿੰਦਾ ਜੀ ਮੈਂ ਦਵਾਈ ਦਊਂਗਾ, ਰੋਗ ਦੀ ਜੜ ਰੋਗ ਹੈ ਜਿਹੜਾ ਕੱਟਿਆ ਜਾਊ। ਗੁਰੂ ਜੀ ਕਹਿੰਦੇ ਰੋਗ ਦਾ ਹਟਾਉਣ ਵਾਲਾ ਤਾਂ ਚਲੋ ਠੀਕ ਹੈ ਕੰਮ, ਪਰ ਅਸਲ ਵੈਦ ਤਾਂ ਉਹ ਹੈ ਜਿਹੜਾ ਰੋਗ ਦੀ ਜੜ ਜਾਣੇ। ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਬਾਣੀ ਚ ਮਹਾਰਾਜ ਨੇ ਫਿਰ ਉਹਨੂੰ ਆਖਿਆ ਪਹਿਲਾਂ ਤੈਨੂੰ ਰੋਗ ਦੀ ਪਹਿਚਾਣ ਕਰਨੀ ਪਊਗੀ, ਰੋਗ ਕਿਉਂ ਚੁੱਕਿਆ। ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜਿਵੇਂ ਵੀ ਅਰਦਾਸ, ਬਾਣੀ, ਸੇਵਾ, ਸਿਮਰਨ, ਹੁਣ ਚਲੋ ਸੇਵਾ ਵੀ ਇੱਕ ਤਰ੍ਹਾਂ ਦੀ ਬਾਹਰ ਜਾ ਕੇ ਅਸੀਂ ਕਰ ਨੀ ਸਕਦੇ ਸੇਵਾ, ਚਲੋ ਅੱਜ ਕੱਲ ਪੈਸੇ ਦੀ ਕਰ ਸਕਦੇ ਹਾਂ ਜੀ, ਲੋੜਵੰਦਿਆਂ ਲੋੜਵੰਦ ਜਿੱਥੇ ਕਿਤੇ ਤੁਹਾਡੀ ਤਾਂ ਇੱਧਰ ਤੁਹਾਨੂੰ ਪਤਾ ਵੀ ਚੱਲਦੀਆਂ ਨੇ, ਸਰਕਾਰਾਂ ਕਰ ਰਹੀਆਂ ਹੋਣਗੀਆਂ ਕੰਮ, ਇੱਧਰ ਤੇ ਸਾਡੇ ਤਾਂ ਸਰਕਾਰਾਂ ਦੇ ਵੀ ਸਿਸਟਮ ਬਹੁਤ ਘੱਟ ਹਿੱਲੇ ਹੋਏ ਆ, ਮਤਲਬ ਬਹੁਤ ਹਿੱਲੇ ਵਸੀਲੇ ਘੱਟ ਕਰ ਰਹੇ ਆ, ਏਦਾਂ ਕੀਤੇ ਜਾ ਸਕਦੇ ਤੇ ਉਹ ਵੀ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਫਿਰ ਇਹ ਦੱਸਿਆ ਵੀ ਪਹਿਲਾਂ ਜੜ ਦੇਖਣੀ ਹੋਊ ਤੁਹਾਨੂੰ, ਇਹਦੀ ਰੋਗ ਕਿੱਥੋਂ ਆਇਆ, ਕਾਰਨ ਕੀ ਹੋਇਆ। ਇਹਦਾ ਕਾਰਨ ਵੀ ਆਪਣੇ ਬੋਲ ਬੋਲਾਂਗੇ ਕੱਚੇ ਹੋਣਗੇ, ਮੈਂ ਤੁਹਾਨੂੰ ਆਪਣਾ ਅਨੁਭਵ ਦੱਸਾਂ ਜਾਂ ਆਪਣੀ ਕੋਈ ਗੱਲ ਵਾਰਤਾ ਸੁਣਾਵਾਂ, ਮੈਂ ਨੀ ਸਮਝਦਾ ਵੀ ਉਹ ਗੱਲ ਛਿੱਕੇਮੰਦ ਜਾਂ ਪਾਇਦਾਰ ਹੋ ਸਕਦੀ ਹੈ। ਬਿਲਕੁਲ ਇਹਦਾ ਗੁਰੂ ਇਤਿਹਾਸ ਵਿੱਚ ਇਹਦਾ ਉੱਤਰ ਮਿਲਦਾ ਜੀ ਗੱਲ ਤਾਂ ਸਾਡੀ ਦਾ ਜੀ। ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਭਾਈ ਮਰਦਾਨਾ ਜੀ ਏਮਨਾਬਾਦ ਗਏ ਹੈ ਨਾ ਜੀ, ਹਾਂਜੀ ਏਮਨਾਬਾਦ ਜਿਸ ਵਕਤ ਪਹੁੰਚੇ ਹੈ ਉੱਥੇ ਭਾਈ
ਮਰਦਾਨਾ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੁਝ ਹੋਰ ਸੰਤ ਉੱਥੋਂ ਮਿਲ ਕੇ ਰਲ ਕੇ, ਜੀ ਤੇ ਉਹ ਜਿਹੜੇ ਸਾਧੂ ਸੀ ਨਾ ਜੀ, ਉਹ ਮਹਾਰਾਜ ਨੂੰ ਕਹਿਣ ਲੱਗੇ ਵੀ ਅਸੀਂ ਮਹਾਰਾਜ ਜੀ ਪਿੰਡ ਚ ਗਏ ਸੀ ਮੰਗਣ, ਪਰ ਅੱਛਾ ਇੱਥੇ ਤੇ ਜੀ ਲੋਕ ਇੰਨੇ ਇੰਨੇ ਹੋਏ ਪਏ ਆ ਗਾਫਲ, ਉਹਨਾਂ ਨੇ ਧੱਕੇ ਮਾਰੇ ਸਾਨੂੰ, ਧੱਕੇ ਮਾਰੇ ਤੇ ਕਈਆਂ ਦੇ ਵਿਚਾਰਿਆਂ ਦੇ ਕਹਿ ਲੋ ਕੇ ਸੱਟਾਂ ਵੀ ਵੱਜ ਗਈਆਂ ਸਾਧੂਆਂ ਦੇ। ਜੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਚੰਗਾ ਕੋਈ ਨਾ ਬਹਿ ਜਾਓ ਇੱਥੇ, ਕੋਈ ਨਾ ਭਾਈ। ਆਪਣੇ ਪਿਆਰੇ ਇੱਕ ਪਿਆਰਾ ਸੀਗਾ ਭਾਈ ਲਾਲੋ, ਉਹਨੂੰ ਮਹਾਰਾਜ ਨੇ ਆਖਿਆ ਇੱਥੋਂ ਉੱਠ ਭਾਈ, ਇੱਥੇ ਹੁਣ ਬਹੁਤ ਵੱਡਾ ਕਹਿ ਲੋ ਕਿ ਭਾਣਾ ਵਰਤਣ ਵਾਲਾ ਇਤਿਹਾਸ ਚ ਇੱਦਾਂ ਹੀ ਆਉਂਦਾ ਜੀ। ਅੱਛਾ ਪੰਥ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ, ਉਹ ਵੀ ਇਹੀ ਗੱਲ ਲਿਖਦੇ ਆ, ਥੋੜਾ ਜਿਹਾ ਵਧਾ ਕੇ ਵਧੀਆ ਤਰੀਕੇ ਨਾਲ ਹੋਰ ਨਾਲ ਕਰ ਦਿੰਦੇ ਆ। ਆਪਣੇ ਕੋਲ ਹੈ ਨੀ ਸਮਾਂ ਵੀ ਆਪਾਂ ਕੱਲੇ ਕੱਲੇ ਗ੍ਰੰਥ ਦੀ ਪੂਰਤਾ ਕਰਦੇ ਜਾਈਏ, ਕੀ ਚੀਜ਼ ਕਿਵੇਂ ਲਿਖੀ ਹੈ। ਆਪਾਂ ਨਿਚੋੜ ਜੀ ਦੀ ਗੱਲ ਕਰ ਲਈ, ਬਿਲਕੁਲ ਉੱਥੇ ਫਿਰ ਗੁਰੂ ਜਦੋਂ ਨਾ ਜੀ ਬਾਬਰ ਆਇਆ, ਚੜ ਕੇ ਆਇਆ, ਫਿਰ ਕਤਲੋ ਗਾਰਦ ਹੋਈ ਜੀ ਇਮਨਾਬਾਦ ਵਿੱਚ, ਇੰਨੀ ਹੋਈ ਜਿਹਨੂੰ ਗੁਰਬਾਣੀ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਅੱਖੀ ਡਿੱਠੇ ਹਾਲ ਨੂੰ ਬਿਆਨ ਕੀਤਾ ਵੀ ਜਿਨ ਸਿਰ ਸੋਹਿਨ ਪੱਟੀਆਂ, ਮੰਗੀ ਪਾਇਨ ਸੰਦੂਰ, ਤੇ ਸਿਰ ਕਾਤੀ ਮੁੰਨੀਅਨ, ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲੇ ਹਜ਼ੂਰ। ਤੇ ਜਿਹਨਾਂ ਰਾਜਕੁਮਾਰਾਂ ਦੀ ਗੱਲ ਕੀਤੀ ਨਾ ਮਹਾਰਾਜ ਨੇ, ਕਹਿੰਦੇ ਬਾਬਰ ਬਾਣੀ ਫਿਰ ਕੇ ਕੋਇਲ ਨਾ ਰੋਟੀ ਖਾਈ ਆਖਿਆ, ਉੱਥੇ ਰਾਜਕੁਮਾਰਾਂ ਨੂੰ ਵੀ ਰੋਟੀ ਦਾ ਟੁਕੜਾ ਨਹੀਂ ਸੀ ਲੱਭਾ। ਤੇ ਫਿਰ ਉੱਥੇ ਨਾਲ ਸ਼ਬਦ ਵਿੱਚ ਆਖਿਆ ਆਦੇਸ਼ ਤੇ ਸਿਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਜਾਣਿਆ, ਕਰ ਕਰ ਦੇਖਾਂਗੇ ਇਸੇ ਵਾਹਿਗੁਰੂ, ਤੈਨੂੰ ਨਮਸਕਾਰ ਹੈ, ਤੇਰਾ ਕੋਈ ਅੰਤ ਨਹੀਂ ਜਾਣ ਸਕਦਾ, ਸਭ ਤੇਰੇ ਵੇਸ ਤੇਰੇ ਪਹਿਰਾਵੇ, ਤੂੰ ਕਰ ਕਰ ਵੇਖਦਾ ਤੇਰੀ ਖੇਡ ਹੈ। ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਵਾਲ ਕੀਤਾ, ਕਤਲੋ ਗਾਰਦ ਨੂੰ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਇਹ ਕਿਉਂ ਹੋਇਆ, ਤੇ ਲੋਕ ਮਾਰੇ ਕਿਉਂ ਗਏ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ ਭਾਈ ਬਾਲਾ, ਭਾਈ ਮਰਦਾਨਾ ਜੀ, ਇਹ ਲੋਕ ਮਾਰੇ ਤਾਂ ਗਏ ਕਿਉਂਕਿ ਇਹਨਾਂ ਨੇ ਜਿਹੜੇ ਕੰਮ ਕੀਤੇ ਨਾ, ਇਹਨਾਂ ਨੇ ਪਾਪ ਬੀਜੇ ਤੇ ਪਾਪ ਹੈ ਜਿਹੜੇ ਜਾ ਕੇ ਕਾਬਲ ਚ ਉੱਗ ਗਏ। ਕਾਬਲ ਦੇ ਵਿੱਚ ਜਾ ਕੇ ਉਹਨਾਂ ਨੇ ਜਨਮ ਲਿਆ, ਵੱਡੇ ਹੋਏ ਤੇ ਹੁਣ ਇਹਨਾਂ ਤੋਂ ਹਿਸਾਬ ਕਿਤਾਬ ਲੈਣ ਲਈ ਆ ਰਹੇ ਹੈ। ਬਾਣੀ ਚ ਲਿਖਿਆ ਕੀ ਲਿਖਿਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੰਟਾਇਆ, ਜੂਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋ ਛਪ ਖਲੋਏ, ਕੂੜ ਫੇਰਾ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ, ਥੱਕੀ ਅਗਤ ਪੜੇ ਸ਼ੈਤਾਨ ਵੇ ਲਾਲੋ। ਪੂਰਾ ਸ਼ਬਦ ਜਦੋਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਫਿਰ ਮਹਾਰਾਜ ਨੇ ਸੱਚ ਕੀ ਬਾਣੀ ਆਖ ਨਾਨਕ ਆਖਿਆ, ਉੱਥੇ ਫਿਰ ਮਹਾਰਾਜ ਨੇ ਆਖਿਆ ਸੱਚ ਦੀ ਬਾਣੀ ਹੈ, ਮੈਂ ਸੱਚ ਦਾ ਮਸਲਾ ਤੁਹਾਨੂੰ ਦੱਸ ਰਿਹਾ। ਤਾਂ ਪਹਿਲੀ ਤੇ ਗੱਲ ਇਹ ਹੈ ਜੀ ਕਿ ਰੋਗ ਲੱਗਣ ਦੇ ਕਾਰਨ ਇਹੀ ਹੈ, ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਤੇ ਮਹਾਰਾਜ ਨੇ ਉਹਦੇ ਵਿੱਚ ਕਹਿ ਦਿੱਤਾ ਸ਼ਾਹਾਂ ਸੁਰਤ ਗਵਾਈਆਂ ਰੰਗ ਤਮਾਸ਼ਾ ਚਾਹੇ, ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪੱਤ ਗਵਾਏ। ਮਹਾਰਾਜ ਕਹਿੰਦੇ ਜਦੋਂ ਬੰਦਾ ਸੁਰਤ ਗਵਾ ਲਏ ਨਾ ਰੰਗ ਤਮਾਸ਼ੇ ਚਾਵਾਂ ਵਿੱਚ, ਆ ਰੰਗ ਕਿਤੇ ਅੱਖ ਬੁੱਝਦੀ ਹੈ ਤੁਸੀਂ, ਤੁਹਾਡੇ ਜਦੋਂ ਤੁਸੀਂ ਦੇਖਦੇ ਹੋ ਵੱਡੀਆਂ ਵੱਡੀਆਂ ਬਿਲਡਿੰਗਾਂ, ਵੱਡੇ ਵੱਡੇ ਸੋਹਣੀਆਂ ਸੋਹਣੀਆਂ ਚੀਜ਼ਾਂ, ਰੰਗ ਬਿਰੰਗੇ ਸਭ ਕੁਝ ਹੈ ਹਨਾ, ਤੇ ਰੰਗ ਤਮਾਸ਼ੇ ਆ, ਅੱਖਾਂ ਰੱਜਦੀਆਂ, ਭਾਈ ਗੁਰਦਾਸ ਜੀ ਨੇ ਆਖਿਆ ਅੱਖੀ ਵੇਖਣ ਰੱਜੀਆਂ, ਬਹੁ ਰੰਗ ਤਮਾਸ਼ੇ ਹਨਾ। ਤੇ ਰੰਗ ਤਮਾਸ਼ੇ ਤੇ ਚਾ ਕਿੰਨੇ ਨੱਚਦੇ ਲੋਕੀ, ਪੱਬਾਂ ਛੱਬਾਂ ਬੁਰੇ ਹਾਲ, ਕਿਹੜੇ ਕੰਮ ਨੀ ਬੰਦਾ ਕਰਦਾ, ਭੁੱਲਿਆ ਬੈਠਾ। ਤੇ ਫਿਰ ਉਹਦੇ ਵਿੱਚ ਇਹ ਗੱਲ ਵੀ ਨੀ ਵੀ ਆਪਣੀ ਖੁਸ਼ੀ ਨਾ ਮਨਾਵੇ, ਖੁਸ਼ੀ ਵੀ ਹੋਵੇ ਚਾਹ ਵੀ ਮਨਾਵੇ, ਪਰ ਉਹਦੇ ਵਿੱਚ ਇਹ ਵੀ ਨੀ ਵੇਖਦਾ ਕਿ ਦੂਜੇ ਨੂੰ ਮੈਂ ਕੀ ਨੁਕਸਾਨ ਪਹੁੰਚਾ ਰਿਹਾ, ਝੂਠ ਬੋਲੀ ਜਾਂਦਾ, ਦੂਜੇ ਦਾ ਨੁਕਸਾਨ ਕਰ ਰਿਹਾ, ਕਾਦਰ ਨੂੰ ਤੇ ਕੀ ਉਹਦੀ ਮਨਾਈ, ਕੁਦਰਤ ਜਿਹੜੀ ਸਾਡੇ ਭਲੇ ਦੀ ਹੈ ਉਹਦਾ ਨੁਕਸਾਨ ਕਰੀ ਜਾ ਰਿਹਾ, ਆਪ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਬਾਣੀ ਤੇ ਮਹਾਰਾਜ ਨੇ ਆਖਿਆ ਹਨਾ ਪੜ ਅੱਖਰੇ ਹੋ। ਕਹਿੰਦੇ ਜੀ ਬਹੁਤ ਪੜ੍ਹ ਲਿਖ ਗਿਆ ਬੰਦਾ, ਅੱਗੇ ਵੱਧ ਗਿਆ ਬਾਣੀ ਤੇ, ਕਹਿੰਦੀ ਪੜ ਅੱਖਰੇ ਹੋ ਬੁੱਝੀ ਹੈ ਮੂਰਖ ਹੈ ਨਾਲ ਨਾਲ ਲੂਝੀ ਹੈ, ਇਹ ਵੀ ਸਮਝਾਇਆ ਵੀ ਮੂਰਖ ਤਾਂ ਹੀ ਚ ਟੱਕਰਾਂ ਨੀ ਮਾਰਨੀਆਂ, ਪਰ ਨਾਲ ਮਹਾਰਾਜ ਨੇ ਇਹ ਵੀ ਸਮਝਾ ਦਿੱਤਾ ਵੀ ਲੰਮੀ ਨਜ਼ਰ ਦੇ ਕੇ ਤੁਸੀਂ ਲੰਘਣਾ ਹਨਾ, ਇੰਨੀ ਲੰਮੀ ਨਜ਼ਰ ਨਿਹਾਲੀ, ਤੇ ਬੰਦਾ ਇਹਨਾਂ ਚੀਜ਼ਾਂ ਤੋਂ ਜੀ ਲੰਮੀ ਨਜ਼ਰ ਤੇ ਕੀ ਕਰਨੀ ਆ, ਸਿਰਫ ਇੰਨੀ ਸੌੜੀ ਹੋ ਗਈ
ਨਾ ਮਾਂ ਦਾ, ਨਾ ਬਾਪ ਦਾ, ਨਾ ਭੈਣ ਦਾ, ਨਾ ਭਾਈ ਦਾ, ਚਾਚੇ ਤਾਈ ਤੇ ਦੂਰ ਰਹੇ ਜੀ। ਜੀ ਇੱਥੇ ਤੱਕ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਆ, ਲੋਕੀ ਆਪਣੇ ਮਾਂ ਬਾਪ ਦੀ ਕਦਰ ਨਹੀਂ ਕਰਦੇ ਜੀ, ਬਿਲਕੁਲ ਜੀ ਬਿਲਕੁਲ ਤੇ ਆਪਣੇ ਗੁਰੂ ਪੀਰ ਦੀ ਗੱਲ ਨਹੀਂ ਮੰਨ ਕੇ ਰਾਜੀ ਜੀ। ਹਾਂ ਜੀ ਤੇ ਬਿਲਕੁਲ ਉਹ ਫਿਰ ਜਿਵੇਂ ਇੱਕ ਪੁਰਾਣੀ ਕਹਾਵਤ ਹੈ, ਕਹਿੰਦਾ ਰੱਬ ਨੇੜੇ ਕਿ ਘਸੁੰਨ, ਹੈ ਜੀ, ਉਹ ਫਿਰ ਘਸੁੰਨ ਨੇੜੇ ਹੁੰਦਾ ਜੀ। ਰੱਬ ਜੀ ਨੂੰ ਜੀ ਵੀ ਬੰਦਾ ਭੁੱਲਿਆ ਹੋਇਆ ਜੀ, ਹੁਣ ਇਹ ਘਸੁੰਨ ਵੱਜਦੇ ਜਦੋਂ, ਤੇ ਹੁਣ ਦੇਖੋ ਤੁਸੀਂ ਆਮ ਬੰਦੇ ਦੀ ਤੇ ਛੱਡੋ, ਵੱਡੇ ਵੱਡੇ ਕੰਟਰੀਆਂ ਦੇ ਦੇਸ਼ਾਂ ਦੇ ਜਿਹੜੇ ਕਹਿ ਲਓ ਕਿ ਆਪਣੇ ਆਪ ਨੂੰ ਰੱਬੇ ਬਣੇ ਫਿਰਦੇ ਸੀ ਲੋਕੀ, ਬਿਲਕੁਲ ਜੀ ਉਹ ਬਿਲਕੁਲ ਹੰਝੂ ਹੰਝੂ ਸੁੱਟਦੇ ਆ ਤੇ ਕਹਿੰਦੇ ਰੱਬ ਅੱਗੇ ਅਰਦਾਸ ਹੈ ਬਿਲਕੁਲ ਜੀ ਬਿਲਕੁਲ ਜੀ। ਏਦਾਂ ਏਦਾਂ ਦੇ ਰੂਲ ਰੈਗੂਲੇਸ਼ਨ ਕੱਢ ਰਹੇ ਆ ਵੀ ਕੋਈ ਰੱਬ ਨੂੰ ਮੰਨੇ ਭਾਵੇਂ ਨਾ ਮੰਨੇ ਪਰ ਪ੍ਰੇਅ ਜ਼ਰੂਰ ਕਰੇ। ਹਾਂਜੀ ਬਿਲਕੁਲ ਜੀ ਤੇ ਇਹ ਕਾਰਨ ਕੁਛ ਇਹ ਵੀ ਹੈ ਤੇ ਹੋਰ ਵੀ ਬਈ ਕਈ ਸਾਰੇ ਕਾਰਨ ਹੁੰਦੇ ਆ ਜੀ ਰੋਗਾਂ ਦੇ, ਜਿਹਨੂੰ ਅਸੀਂ ਬਾਣੀ ਨੇ ਸਪਸ਼ਟ ਕੀਤਾ ਹੈ। ਮਾਰ ਨੇ ਆਖਿਆ ਵੀ ਜਦੋਂ ਬੰਦਾ ਬਹੁਤਾ ਖਾਈ ਜਾਵੇ ਤੇ ਫਿਰ ਜਦੋਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ, ਜਦੋਂ ਕੋਈ ਬੰਦਾ ਭੋਗਾਂ ਚ ਇੰਨਾ ਗਲਤਾਨ ਹੁੰਦਾ ਤਾਂ ਫਿਰ ਭੋਗਨ ਤਾਂ ਰੋਗਨ ਆਖਿਆ ਹੀ ਹੈ ਜੀ, ਜੀ ਅੰਤ ਰੋਗ ਹੈ। ਇਹ ਰੋਗ ਜਿਹੜਾ ਅੱਜ ਆਇਆ ਇਹ ਵੀ ਬੰਦੇ ਨੇ ਸਹੇੜਿਆ ਹੋਇਆ ਆਪ, ਕਿਉਂਕਿ ਰੱਬ ਕਿਸੇ ਨੂੰ ਇੰਨਾ ਉਹ ਨਹੀਂ ਹੈਗਾ ਜਾਂ ਵਾਹਿਗੁਰੂ ਗੁਰਬਾਣੀ ਦਾ ਰੱਬ ਹੈ, ਜਿਹੜਾ ਗੁਰਬਾਣੀ ਦਾ ਰੱਬ ਜਿਹਨੂੰ ਆਪਾਂ ਗੱਲ ਕਰਦੇ ਹਾਂ, ਜੀ ਜੀ ਹਨਾ, ਹਿੰਦੂਆਂ ਦਾ ਹੋਰ ਰੱਬ ਹੋਏਗਾ, ਮੁਸਲਮਾਨਾਂ ਦਾ ਹੋਰ ਹੋਏਗਾ, ਉਹਨਾਂ ਦੀ ਸੋਚਣੀ ਅਨੁਸਾਰ ਰੱਬ ਤਾਂ ਇੱਕ ਹੈ, ਗੁਰਬਾਣੀ ਅਨੁਸਾਰ ਤਾਂ ਇੱਕੋ ਹੀ ਹੈ, ਪਰ ਜਿਹੜੇ ਇੱਕ ਰੱਬ ਦੀ ਬਾਣੀ ਗੱਲ ਕਰਦੀ ਹੈ ਉਹ ਰੱਬ ਨੂੰ ਗੁਰਬਾਣੀ ਇਹ ਕਹਿੰਦੀ ਹੈ ਵੀ ਉਹ ਨਿਰਭਉ ਨਿਰਵੈਰ ਹੈ, ਉਹ ਨਿਰਵੈਰ ਹੈ, ਉਹ ਕਿਸੇ ਨੂੰ ਬੇਵਜ੍ਹਾ ਤੰਗ ਨਹੀਂ ਕਰਦਾ, ਬੇਵਜ੍ਹਾ ਮਾਰਦਾ ਨਹੀਂ। ਇਸ ਰੋਗ ਦੇ ਵਿੱਚ ਜਾਂ ਇਸ ਮਹਾਮਾਰੀ ਦੇ ਵਿੱਚ ਸਾਡੇ ਵੀ ਕਿਤੇ ਨਾ ਕਿਤੇ ਹੱਥ ਹੈ। ਇਹ ਰੋਗਾਂ ਦੀ ਗੱਲ ਚੱਲ ਰਹੀ ਹੈ, ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਵਾਰ ਭਾਈ ਮਰਦਾਨਾ ਜੀ ਨੇ ਜ਼ਿਕਰ ਕੀਤਾ ਵੀ ਹੈ ਜੀ, ਭਾਈ ਮਰਦਾਨਾ ਜੀ ਨੇ ਉਹਨਾਂ ਬਾਅਦ ਦੀ ਗੱਲ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਇਹ ਪੁੱਛਿਆ ਸਾਡੇ ਇਤਿਹਾਸ ਚ ਆਉਂਦਾ ਜੀ ਇਹ ਜੀ ਕਿ ਗੁਰੂ ਜੀ ਕਈ ਬੰਦੇ ਐਸੇ ਵੀ ਹੋਣਗੇ ਜਿਹੜੇ ਬੇਵਜ੍ਹਾ ਹੀ ਮਾਰੇ ਗਏ, ਬੇਵਜ੍ਹਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਉੱਥੇ ਆਖਿਆ ਭਾਈ ਮਰਦਾਨਾ ਸਾਨੂੰ ਲੱਗਦਾ ਬੇਵਜ੍ਹਾ ਮਾਰੇ ਗਏ, ਪਰ ਬੇਵਜ੍ਹਾ ਤੇ ਕੋਈ ਨੀ ਮਾਰਿਆ ਜਾਂਦਾ, ਜਾਂ ਤੇ ਬੰਦਾ ਆਪ ਗਲਤ ਕਿਤੇ ਨਾ ਕਿਤੇ ਹੁੰਦਾ, ਜਾਂ ਗਲਤ ਕਰਨ ਵਾਲਿਆਂ ਦੀ ਕਿਤੇ ਨਾ ਕਿਤੇ ਸੰਗਤ ਹੁੰਦੀ ਹੈ ਕੀਤੀ ਹੋਏ। ਉਹ ਕਿੱਦਾਂ ਉਦਾਹਰਨ ਉਹਨਾਂ ਨੇ ਕੀ ਦਿੱਤੀ, ਭਾਈ ਮਰਦਾਨਾ ਜੀ ਲੇਟੇ, ਗੁਰੂ ਸਾਹਿਬ ਨੇ ਕੋਈ ਮਿੱਠਾ ਸੀ ਥੋੜਾ ਜਿਹਾ ਭਾਈ ਮਰਦਾਨੇ ਦੇ ਉੱਤੇ ਥੋੜਾ ਜਿਹਾ ਜਿਵੇਂ ਕੁਛ ਸੀਗਾ ਉਹਦੇ ਉੱਤੇ ਪਾ ਦਿੱਤਾ ਥੋੜਾ ਜਿਹਾ ਲੋਕ ਦਾਣੇ, ਹਾਂਜੀ ਲੋਕ ਦਾਣੇ ਮਹਾਰਾਜ ਨੇ ਉਹਦੇ ਉੱਤੇ ਮਿੱਠੇ ਦੇ ਪਾਏ ਤੇ ਕੀੜੀਆਂ ਆ ਗਈਆਂ ਜੀ, ਕੀੜੀਆਂ ਨੇ ਭਾਈ ਮਰਦਾਨੇ ਦੇ ਆਲੇ ਦੁਆਲੇ ਸਰੀਰ ਤੇ ਆਈਆਂ। ਕਿਸੇ ਇੱਕ ਕੀੜੀ ਦੀ ਆਦਤ ਕੀ ਹੈ, ਕੀੜੀ ਨੇ ਮਿੱਠੇ ਨੂੰ ਦੇਖ ਕੇ ਤੇ ਭੱਜਣਾ ਹੀ ਹੁੰਦਾ ਖੰਡ ਵੱਲ ਨੂੰ, ਜੀ 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 ਕਿਸੇ ਖਾਂਦੀ ਖਾਂਦੀ ਨੇ ਕੱਦੀ ਕੀੜੀ ਨੇ ਜੀ ਦੰਦ ਮਾਰ ਦਿੱਤਾ। ਤੇ ਜਦੋਂ ਭਾਈ ਮਰਦਾਨੇ ਨੂੰ ਵੱਢਿਆ ਨਾ ਤੇ ਭਾਈ ਮਰਦਾਨਾ ਇੱਕਦਮ ਉੱਠਿਆ, ਦਰਦ ਹੋਇਆ ਤੇ ਉੱਠ ਕੇ ਇੱਕਦਮ ਏਦਾਂ ਹੱਥ ਨਾਲ ਸਭ ਕੀੜੀਆਂ ਜੀਆਂ ਝਾੜਤੀਆਂ, ਉਹਦੇ ਚ ਕਈ ਮਾਰੀਆਂ ਗਈਆਂ। ਤੇ ਜਦੋਂ ਕਈ ਕੀੜੀਆਂ ਮਾਰੀਆਂ ਗਈਆਂ ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣਗੇ ਭਾਈ ਮਰਦਾਨਾ ਇਹ ਕੀ ਕੀਤਾ, ਕਹਿੰਦਾ ਮਹਾਰਾਜ ਜੀ ਇਹ ਮੇਰੇ ਤਾਂ ਜੀ ਕੀੜੀਆਂ ਲੜਕੀਆਂ। ਮਹਾਰਾਜ ਕਹਿੰਦੇ ਕਿੱਥੇ ਲੜੀ ਤੇਰੀ ਕੀੜੀ ਦਿਖਾ, ਦੇਖਿਆ ਜਦੋਂ ਇੱਕ ਇੱਕ ਜਾਂ ਦੋ ਜਗ੍ਹਾ ਦੇ ਉੱਤੇ ਕਿਤੇ ਭਾਈ ਮਰਦਾਨੇ ਦੇ ਜਾਣੀ ਛੋਟਾ ਜਿਹਾ ਰੈਡ ਜੀ ਉਹ ਜਗ੍ਹਾ ਹੋਈ ਹੋਈ। ਜੀ 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 ਗੁਰੂ ਜੀ ਕਹਿੰਦੇ ਮਰਦਾਨਾ ਉਹ ਯਾਰ ਇੱਕ ਜਾਂ ਦੋ ਕੀੜੀਆਂ ਨੇ ਤੈਨੂੰ ਮਾਰਿਆ ਤੇ ਤੂੰ ਇਹ ਦੰਦ ਮਾਰਿਆ ਤੇ ਤੂੰ ਫੜ ਲੈਣੀਆਂ ਸੀ ਇੱਕ ਜਾਂ ਦੋ, ਤੂੰ ਸਾਰੀਆਂ ਨੂੰ ਮਾਂਜਤਾ। ਕਹਿੰਦਾ ਮਹਾਰਾਜ ਜੀ ਠੀਕ ਹੈ ਪਰ ਇਹ ਜਦੋਂ ਏਦਾਂ ਹੁੰਦਾ ਉਦੋਂ ਫਿਰ ਨਾਲ ਵਾਲੀਆਂ ਵੀ ਤਾਂ ਮਾਰੀਆਂ ਜਾਂਦੀਆਂ। ਗੁਰੂ ਜੀ ਹੱਸ ਪਏ। ਇਹ ਗੱਲ ਦਾ ਉਦਾਹਰਣ ਗੁਰਬਾਣੀ ਚੋਂ ਮਿਲਦਾ ਜੀ, ਬਾਬਾ ਕਬੀਰ ਜੀ ਦੀ ਬਾਣੀ ਚੋਂ। ਜੀ ਬਾਬਾ ਕਬੀਰ ਜੀ ਕਹਿੰਦੇ ਆ ਕਬੀਰ ਉਦਾਹਰਣ ਦੇਖੋ ਕਿੱਦਾਂ ਦੀ ਕਹਿੰਦੇ ਆ, ਉਹ ਕਹਿੰਦੇ ਇਉਂ ਸਮਝ ਲਓ ਜਿਵੇਂ ਕੇਲੇ ਦੇ ਕੋਲ ਬੇਰੀ ਖੜੀ ਹੋ, ਕੇਲੇ ਦੇ ਕੋਲ ਬੇਰੀ, ਬੇਰੀ ਤਿੱਖੀ ਹੈ, ਕੇਲਾ ਮਿਰਦਲਾ ਕੋਮਲ ਹੈ, ਕੇਲੇ ਨਿਟ ਜੋ ਮੇਰ, ਬੇਰੀ ਹਿਲਦੀ ਹੈ ਉਹ ਝੂਲਾ ਹੈ ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ, ਉਹ ਝੂਲਦਾ ਉਹ ਚੀਰਿਆ ਜਾਂਦਾ। ਕਹਿੰਦੇ ਉਹਦੇ ਵੱਲ ਝਾਕ ਵੀ ਨਾ ਸਾਕਤ ਵੱਲ, ਤੇ ਫਿਰ
ਅਸੀਂ ਇਹ ਕਿੱਦਾਂ ਕਹਿ ਸਕਦੇ ਹਾਂ ਇਹ ਗੱਲ ਜੀ, ਕਈ ਕਈ ਬੰਦੇ ਜੀ ਬੇਵਜ੍ਹਾ ਜੀ ਜਾਂ ਜਿਨ੍ਹਾਂ ਨੇ ਕੋਈ ਪਾਪ ਨਹੀਂ ਸੀ ਕੀਤਾ ਜੀ, ਗੁਨਾਹ ਨਹੀਂ ਕੀਤਾ, ਉਹ ਕਿਵੇਂ ਦੀ ਲਪੇਟ ਚ ਆ ਗਏ ਜੀ, ਕਿਤੇ ਨਾ ਕਿਤੇ ਅਸੀਂ ਆਉਂਦੇ ਹਾਂ ਜੀ। ਤੇ ਬਿਲਕੁਲ ਇੱਕ ਰੋਗ ਵੀ ਇਦਾਂ ਦੇ ਹੁੰਦੇ ਜੀ, ਇੱਕ ਕਰਮ ਰੋਗ ਹੁੰਦੇ, ਇੱਕ ਕਿਰਿਆ ਜਿਹੜੀ ਅਸੀਂ ਕਰ ਲੈਂਦੇ ਹਾਂ ਜੀ। ਤੇ ਬਿਲਕੁਲ ਅਗਰ ਜਿਹੜੇ ਹੁੰਦੇ ਕਰਮ ਥੋੜੇ ਜਿਹੇ ਪਿਛਲੇ ਵੀ ਅਸੀਂ ਮੰਨਦੇ ਹਾਂ ਜੀ, ਧਰਮ ਨਾ ਜਿਹੜਾ ਉਹ ਪਿਛਲੇ ਕਰਮ ਨੂੰ ਵੀ ਲੈ ਕੇ ਚੱਲਦਾ ਹੈ ਜੀ। ਜੀ ਨਾਸਤਿਕ ਹੈ ਜਿਹੜਾ ਉਹ ਪਿੱਛੇ ਨੂੰ ਨਹੀਂ ਮੰਨਦਾ। ਉਹਨਾਂ ਦੀ ਬਿਲਕੁਲ ਥਿਉਰੀ ਦੇ ਉੱਤੇ ਕਦੇ ਆਪਾਂ ਗੱਲ ਕਰਾਂਗੇ ਜੀ, ਨਾਸਤਿਕਾਂ ਦੇ ਉੱਤੇ ਵੀ ਕਦੇ ਭਾਈ ਸਾਹਿਬ ਤੁਹਾਡੇ ਨਾਲ ਕਰਾਂਗੇ ਉਹ ਵੀ ਜ਼ਰੂਰ ਜੀ ਆਪਾਂ। ਹਾਂਜੀ, ਪਰ ਗੱਲ ਇਹ ਆਪਾਂ ਅੱਜ ਆਪਾਂ ਧਰਮ ਦੀ ਕਰ ਰਹੇ ਹਾਂ, ਜੀ ਗੁਰਮਤ ਦੀ ਕਰ ਰਹੇ ਹਾਂ। ਇਸ ਲਈ ਜੀ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ, ਤਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਮਹਾਰਾਜ ਨੇ ਪਾਪ ਆਪ ਤੇ ਕਰਨ ਨੂੰ ਤਾਂ ਕੀ ਕਹਿਣਾ, ਦੂਜੇ ਕਰਨ ਵਾਲੇ ਨੂੰ ਵੀ ਆਖਿਆ ਗਲਤ ਹੈ। ਜਿਹਨੇ ਪਾਪ ਦੇ ਲਈ ਇਹ ਗੱਲ ਆਖੀ ਵੀ ਗਲਤ ਹੈ, ਉਹਨੂੰ ਮਾਰਨ ਨੇ ਚੰਗਾ ਵੀ ਆਖਿਆ, ਭਾਵੇਂ ਦੁਸ਼ਮਣ ਵੀ ਹੋਵੇ। ਜੀ ਜੇ ਔਰੰਗਜ਼ੇਬ ਨੇ ਇਹ ਗੱਲ ਲੋਕਾਂ ਨੂੰ ਧੱਕੇ ਨਾਲ ਜਨੇਊ ਲਾਉਂਦਾ ਸੀ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉੱਥੇ ਆਖਿਆ, ਪੈ ਕਾਹੂ ਕੋ ਤੇਤ ਨਹਿ ਨਹਿ ਪੈ ਮਾਨਤ ਆਨ। ਖਾਲਸਾ ਜ਼ੁਲਮ ਕਰਦਾ ਨੀ, ਜ਼ੁਲਮ ਸਹਿੰਦਾ ਨੀ, ਜੇ ਕੋਈ ਗਲਤ ਕਰਦਾ ਹੈ ਗਲਤ ਨੂੰ ਗਲਤ ਕਹਿਣਾ, ਬੋਲ ਸੋ ਧਰਮੀ ੜਿਆ ਮੋਨ ਕਤ ਧਾਰੀ ਨਾਮ। ਜੀ ਧਰਮੀ ਬੰਦਾ ਤੇ ਅੱਜ ਆਪਾਂ ਦੇਖ ਰਹੇ ਹਾਂ, ਆਪਣੇ ਸਾਹਮਣੇ ਮਸਲੇ ਆ ਰਹੇ ਸੀ ਜੀ, ਕਿਰਪਾਨ ਜੀ ਅੰਦਰ ਲੁਕੋ ਕੇ ਪਾਉਂਦੇ ਸੀ। ਕਿਉਂ ਜੀ? ਕਿਉਂ ਜੀ? ਕੰਮ ਮੇਰਾ ਇੱਦਾਂ ਦਾ ਜੀ, ਉੱਥੇ ਮੈਂ ਵਧੀਆ ਨੀ ਲੱਗਦਾ ਜੀ, ਹਨਾ, ਮੇਰਾ ਬੈਠਣਾ ਉੱਠਣਾ ਜੀ ਇਹੋ ਜਿਹੇ ਬੰਦਿਆਂ ਨਾਲ ਹੈ ਜੀ, ਸ਼ਰਾਬ ਪੀਣ ਵਾਲਿਆਂ ਨਾਲ, ਉਹ ਤੂੰ ਸ਼ਰਾਬ ਪੀਣ ਵਾਲਿਆਂ ਨਾਲ ਹੈ ਤੂੰ ਕੰਮ ਛੱਡ, ਜਾਂ ਉਹਨਾਂ ਨੂੰ ਕਹਿ ਕੰਮ ਗਲਤ ਹੈ, ਇਹ ਚੁੱਪ ਕਿਉਂ ਕਰੀ ਬੈਠਾ ਹੈ? ਚੁੱਪ ਕਰਕੇ ਦੇਖਿਆ ਸੀ, ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਸ਼ਾਮਿਲ ਹੋਏ ਹਾਂ ਜੀ, ਇਹ ਵੀ ਗੱਲ ਸਾਨੂੰ ਮੰਨਣੀ ਪੈਣੀ ਹੈ। ਤੇ ਦੂਜੀ ਗੱਲ ਜਿਹੜੀ ਦੂਜੀ ਗੱਲ ਇਹ ਵੀ ਹੈ ਵੀ ਜਿਹੜਾ ਇਹ ਅਸੀਂ ਗੁਰੂ ਸਾਹਿਬ ਨੇ ਜਿੱਥੇ ਹੁਣ ਜਦੋਂ ਇਤਿਹਾਸ ਪੁੱਛਦੇ ਆ, ਮਹਾਰਾਜ ਰਾਏਪੁਰ ਦੀ ਧਰਤੀ ਦੇ ਉੱਤੇ ਨੂਰਾ ਮਾਹੀ ਗੁਰੂ ਕਲਗੀਧਰ ਮਹਾਰਾਜ ਨੂੰ ਦੱਸਦਾ ਹੈ ਵੀ ਮਹਾਰਾਜ ਸਾਹਿਬਜ਼ਾਦਿਆਂ ਨੂੰ ਏਦਾਂ ਨੀਹਾਂ ਵਿੱਚ ਚਿਣਿਆ ਗਿਆ ਜੀ, ਹਨਾ, ਉਹਨਾਂ ਦੀ ਏਦਾਂ ਸਾਰਾ ਕੱਟੀ ਗਈ ਜੀ, ਏਦਾਂ ਉਹਨਾਂ ਨਾਲ ਹੋਇਆ ਜਾਂ ਜੋ ਵੀ ਹੋਇਆ, ਬਹੁਤ ਦਰਦਨਾਕ। ਗੁਰੂ ਜੀ ਨੇ ਉੱਥੇ ਪੁੱਛਿਆ ਇੱਕ ਗੱਲ, ਕਹਿੰਦੇ ਕੋਈ ਉੱਥੇ ਬੰਦਾ ਚੰਗਾ ਵੀ ਬੈਠਾ ਸੀ ਜਿਹੜੇ ਬੰਦੇ ਨੇ ਗੱਲ ਨੂੰ ਮਾੜਾ ਕਿਹਾ ਹੋਵੇ? ਉਹ ਕਹਿੰਦਾ ਮਹਾਰਾਜ ਹੋਰ ਤਾਂ ਨੀ, ਇੱਕ ਬੰਦੇ ਨੇ ਆਖਿਆ ਜੀ। ਕੀ ਨੇ? ਕਹਿੰਦਾ ਮਹਾਰਾਜ ਕਹਿੰਦੇ ਜੀ ਕਿਹਾ ਉਹਨੇ ਜਿਹੜੇ ਬੰਦੇ ਨੇ ਜਿਹਦਾ ਭਰਾ ਤੁਸੀਂ ਨਾਰਖਾ ਪਠਾਣ ਚਮਕੌਰ ਦੀ ਗਲੀ ਚ ਮਾਰਿਆ ਸੀ, ਜਿਹਦਾ ਭਰਾ ਖਵਾਜਾ ਮਰਦੂਦ ਲਿਖਿਆ ਮਹਾਰਾਜ ਨੇ ਜਫਰਨਾਮੇ ਚ, ਜਿਹੜਾ ਲੁਕ ਗਿਆ ਸੀ ਥੱਲੇ ਹੋ ਕੇ ਬਚ ਗਿਆ ਸੀ, ਉਹ ਤੇ ਉਹਨੂੰ ਮਹਾਰਾਜ ਆਖਿਆ ਗਿਆ ਸੀ ਇਹਨੇ ਸੂਬੇ ਸਰਹੰਦ ਨੇ ਵੀ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗਲੀ ਚ ਮਾਰਿਆ ਸੀ, ਤੂੰ ਬਦਲਾ ਲੈ ਲੈ। ਕਹਿੰਦੇ ਉਹਨੇ ਜੀ ਨਿਆਂ ਦੀ ਗੱਲ ਕੀਤੀ, ਉਹਨੇ ਆਖਿਆ ਉਹ ਗਲਤ ਕੰਮ ਕਰ ਰਹੇ ਹੋ ਜੀ ਤੁਸੀਂ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੇਰੇ ਭਰਾ ਦੀ ਜੰਗ ਹੋਈ, ਸ਼ਹੀਦ ਮੇਰਾ ਭਰਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਰਿਆ, ਜੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਕਿਤੇ ਮਿਲੇ ਮੈਂ ਉਹਨਾਂ ਤੋਂ ਜ਼ਰੂਰ ਬਦਲਾ ਲਊ, ਪਰ ਇਹ ਇਹਨਾਂ ਸਾਹਿਬਜ਼ਾਦਿਆਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਇਹਨਾਂ ਤੋਂ ਇਹਨਾਂ ਮੈਂ ਕੰਮ ਨਹੀਂ ਕਰੂੰਗਾ। ਤੇ ਮਹਾਰਾਜ ਨੇ ਆਖਿਆ, ਕਹਿਣ ਲੱਗੇ ਇਹ ਚੰਗਾ ਕੰਮ ਹੋਇਆ, ਉਹਦੀ ਇਹ ਕੰਮ ਚੰਗਾ ਹੋਇਆ, ਉਹ ਬੰਦੇ ਦੀ ਜੜ ਹਰੀਰ ਹੋ ਗਈ ਤੇ ਦੂਜਿਆਂ ਦੀ ਜੜ ਮਹਾਰਾਜ ਨੇ ਇੱਥੇ ਪੱਟੀ ਵੀ ਹੈ। ਤੇ ਜਿਹਨਾਂ ਨੇ ਬੰਦਿਆਂ ਨੇ ਕਦੇ ਵੀ ਇਤਿਹਾਸ ਤੋਂ ਸਾਨੂੰ ਹਵਾਲੇ ਮਿਲਦੇ ਆ ਭਾਈ ਸਾਹਿਬ ਜੀ ਵੀ ਜਿੱਥੇ ਕਿਤੇ ਗਲਤ ਹੋਇਆ ਗੁਰੂ ਸਾਹਿਬ ਨੇ ਆਵਾਜ਼ ਉਠਾਈ, ਜਿਹਨਾਂ ਨੇ ਕਿਤੇ ਹੱਕ ਦੀ ਸੱਚ ਦੀ ਆਵਾਜ਼ ਉਠਾਈ ਗੁਰੂ ਜੀ ਨੇ ਉਹਨਾਂ ਦਾ ਸਵਾਗਤ ਕੀਤਾ। ਉਹ ਭਾਵੇਂ ਬਨਾਰਸ ਦੇ ਵਿੱਚ ਰਹਿਣ ਵਾਲਾ ਭਗਤ ਰਵਿਦਾਸ ਹੋਵੇ ਕਾਸ਼ੀ ਵਿੱਚ, ਭਾਵੇਂ ਉਸੇ ਕਾਸ਼ੀ ਦੇ ਵਿੱਚ ਰਹਿਣ ਵਾਲਾ ਭਗਤ ਕਬੀਰ ਹੋਵੇ, ਜਿਹਨਾਂ ਨੂੰ ਜਿਹੜੇ ਆਪ ਹੀ ਗੱਲ ਕਬੂਲ ਹੁੰਦੇ ਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਲੋਕੀ ਮੇਰੀ ਜਾਤ ਦਾ ਨਾਂ ਲੈ ਕੇ ਹੱਸਦੇ ਆ, ਭਾਵੇਂ ਉਹ ਭਗਤ ਨਾਮਦੇਵ ਹੋਵੇ ਜਿਹੜਾ ਇਹ ਗੱਲਾਂ ਕਹਿੰਦਾ ਕਿ ਹੀਣੀ ਜਾਤ ਮੇਰੀ ਜਾਤ ਨੂੰ ਆਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਮੇਰੀ ਜਾਤ ਹੀਣੀ ਹੈ, ਮੈਨੂੰ ਇਹ ਜਾਤ ਚ ਜਨਮੇ ਕਿਉਂ ਦਿੱਤਾ? ਮਹਾਰਾਜ ਨੇ ਆਖਿਆ ਨਹੀਂ ਨਹੀਂ ਇਹ ਬੰਦੇ ਉਹ ਬੰਦੇ ਹੈ ਜਿਹੜੇ ਬੰਦੇ ਜਿਹਨਾਂ ਦੀ ਬੋਲੀ ਹੋਈ ਬਾਣੀ ਬ੍ਰਹਮ ਵਿਚਾਰ ਹੈ, ਲੋਕ ਜਾਣਾ ਹੈ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ ਹੈ, ਇਹਨਾਂ ਦੇ ਮੂਲ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਜਿਵੇਂ ਕਾਸ਼ੀ ਦੇ ਵਿੱਚ ਲੋਕਾਂ ਨੂੰ ਨਾ ਜੀ ਤੁਸੀਂ ਦਰਸ਼ਨ ਦੇਖਿਆ ਨੀ ਹੋਣਾ, ਮੈਂ ਜਾ ਕੇ ਦੇਖਿਆ, ਮੇਰੀ ਆਦਤ ਜੀ ਬਣੀ ਹੋਈ ਹੈ ਵੀ ਜਿੱਥੇ ਕਿਤੇ ਕੋਈ ਗੱਲ ਹੋਵੇ ਬਾਣੀ ਨਾਲ ਸੰਬੰਧਿਤ ਉਹਨੂੰ ਖੋਜਣ ਦਾ ਯਤਨ ਕੀਤਾ ਜਾਂਦਾ,
ਜਿੰਨਾ ਕੁ ਹੁੰਦਾ। ਮੈਂ ਜਾ ਕੇ ਦੇਖਿਆ ਤੇ ਮੈਂ ਉੱਥੇ ਦੇਖਿਆ ਵੀ ਘਾਟਾਂ ਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਬੰਦਿਆਂ ਨੂੰ ਫੂਕਣ ਦੀਆਂ, ਸਵੇਰ ਨੂੰ ਆਉਂਦੇ ਤੇ ਸ਼ਾਮ ਨੂੰ ਕਈ ਬੰਦਿਆਂ ਦੀ ਮਤਲਬ ਵਾਰੀ ਆਉਂਦੀ ਹੈ, ਇੰਨੇ ਇੰਨੇ ਬੰਦੇ ਰੋਹ ਸਾੜੀ ਹੋ ਜਾਂਦੇ, 100-100 ਕਿਲੋਮੀਟਰ ਤੋਂ ਲੋਕੀ ਸਾੜਨ ਲਈ ਉੱਥੇ ਲਿਆਉਂਦੇ। ਔਰ ਮਾਨਤਾ ਇਹ ਹੈ ਵੀ ਜਿਹੜਾ ਬੰਦਾ ਉੱਥੇ ਕਾਸ਼ੀ ਚ ਸਾੜਿਆ ਜਾਂਦਾ, ਪਹਿਲਾਂ ਤਾਂ ਮਰਨ ਦੀ ਸੀ, ਫਿਰ ਹੌਲੀ ਹੌਲੀ ਬੰਦਾ ਢਿੱਲੇ ਕਰਦੇ ਜਾਂਦੇ ਆਪਣੇ ਹਿਸਾਬ ਨਾਲ ਕਿ ਚਲੋ ਉੱਥੇ ਜਿਹਨੂੰ ਸਾੜ ਦਿੱਤਾ ਜਾਂਦਾ। ਉੱਥੇ ਕਾਸ਼ੀ ਦੇ ਵਿੱਚ ਸ਼ਿਵਜੀ ਉੱਥੇ ਕੰਨ ਚ ਇੱਕ ਤਾਰਕ ਮੰਤਰ ਦਿੰਦਾ ਹੈ ਤੇ ਜਿਹਦੇ ਨਾਲ ਬੰਦਾ ਮੁਕਤ ਹੋ ਜਾਂਦਾ। ਤੇ ਕਬੀਰ ਜੀ ਦੀ ਬਾਣੀ ਨੂੰ ਮਹਾਰਾਜ ਨੇ ਥਾਂ ਦਿੱਤੀ ਹੈ ਤੇ ਕਬੀਰ ਜੀ ਕਹਿੰਦੇ ਉਹ ਤਾਰਕ ਮੰਤਰ ਹੈ, ਜਿਹੜਾ ਕੋਈ ਉਹਨੂੰ ਸੁਣ ਲਊਗਾ ਮੁਕਤ ਹੋ ਜਾਊਗਾ। ਜੇ ਉਹ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਵਾਰ, ਗੁਰੂ ਜੀ ਨੇ ਉਹ ਭਗਤ ਰਵਿਦਾਸ ਜੀ ਜਿਹਨਾਂ ਨੇ ਆਪ ਨਾਗਰ ਜਿਹਨਾਂ ਮੇਰੀ ਜਾਤ ਵਿਖਿਆਤ ਚ ਮਾਰਨ, ਹਨਾ, ਜਿਹਨਾਂ ਨੇ ਆਖਿਆ ਮੈਨੂੰ ਕੋਈ ਫਿਕਰ ਨਹੀਂ ਹੈ, ਤੇ ਪਰ ਮਹਾਰਾਜ ਨੇ ਉਹਨਾਂ ਨੂੰ ਬਿਲਕੁਲ ਆਪਣੇ ਗਲ ਨਾਲ ਲਾਇਆ ਜੀ, ਆਪਣੇ ਕੋਲ ਬਿਠਾਇਆ ਔਰ ਆਖਿਆ ਵੀ ਤੁਸੀਂ ਬਿਲਕੁਲ ਸੱਚ ਦੀ ਗੱਲ ਕਰਨ ਵਾਲੇ ਹੋ, ਜੇ ਕੋਈ ਸਮੇਂ ਦਾ ਕੋਈ ਬਾਦਸ਼ਾਹ ਉਹਨੂੰ ਵੀ ਤੁਸੀਂ ਸ਼ੀਸ਼ਾ ਦਿਖਾਇਆ। ਇੱਕ ਤੇ ਇਹ ਵੀ ਹੈ ਜੀ, ਦੂਜਾ ਕੁਛ ਕਰਮ ਰੋਗ ਵੀ ਹੁੰਦਾ ਜੀ ਜਿਹੜਾ ਅਸੀਂ ਕਰ ਰਹੇ ਹਾਂ। ਇੱਕ ਹੁੰਦਾ ਸਾਡਾ ਜਾਂ ਕਹਿ ਲਓ ਕਿ ਕਿਰਿਆ ਰੋਗ ਜੋ ਕਰ ਰਹੇ ਹਾਂ, ਕਰਮ ਹੁੰਦਾ ਜਿਹੜਾ ਪਿੱਛੋਂ ਥੋੜਾ ਜਿਹਾ ਹੁੰਦਾ, ਜਿਵੇਂ ਉਹ ਵੀ ਭਗਤਾਂ ਦੀ ਬਾਣੀ ਚ ਮਿਲਦਾ। ਭਗਤ ਜੀ ਦਾ ਸ਼ਬਦ ਆਉਂਦਾ ਜੀ ਗੁਰਬਾਣੀ ਦੇ ਵਿੱਚ, ਉਹਨਾਂ ਨੇ ਕਿਤੇ ਭਗਤ ਜੀ ਦੀ ਘਰਵਾਲੀ ਨੇ ਕਿਤੇ ਕਹਿ ਦਿੱਤਾ ਇਹ ਕੰਮ ਰੱਬ ਨੇ ਕਿਉਂ ਕਰ ਦਿੱਤਾ, ਇਹ ਨੀ ਕਰਨਾ ਚਾਹੀਦਾ ਸੀ। ਉੱਥੇ ਉਹਨਾਂ ਨੇ ਕਿਹਾ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਇਹ ਭੁੱਲੀ ਹੋਈ ਬੇਸਮਝ। ਨਾਰਾਇਣ ਪਰਮਾਤਮਾ ਨੂੰ ਥੋੜਾ ਨਿੰਦੀ ਰਹਿ, ਕਹਿੰਦੀ ਕਿਉਂ ਨਾ ਨਿੰਦਾ, ਦੁੱਖ ਆਇਆ। ਉਹ ਕਹਿੰਦੇ ਜਦੋਂ ਸੁੱਖ ਆਇਆ ਉਦੋਂ ਯਾਦ ਕੀਤਾ ਸੀ, ਸੁੱਖ ਜੇ ਵੀ ਜੀ ਲੋਕੀ ਧੋਖਾ ਕਰਦੇ ਰੱਬ ਨਾਲ ਨੀ ਕੀਤਾ ਜਾਂਦਾ। ਤੁਸੀਂ ਸਾਡੇ, ਮੈਂ ਤੇ ਸਿੱਖਾਂ ਦੀ ਗੱਲ ਕਰੂੰਗਾ ਜੀ, ਸਾਡੀਆਂ ਜਿਹੜੀਆਂ ਕਮੀਆਂ ਰਹੀਆਂ, ਤੁਸੀਂ ਦੇਖੋ ਜੀ ਸਾਡੇ ਕੋਲ ਲੋਕੀ ਅਰਦਾਸ ਕਰਾਉਂਦੇ ਆ ਕੇ। ਮੈਨੂੰ ਇੱਕ ਮਿੱਤਰ ਪਿਆਰਾ ਸੀ, ਉਹਨੇ ਆਖਿਆ ਜੀ ਆਹ ਕਾਰਡ ਹੈ ਜੀ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ ਚ ਲਿਆ ਕੇ ਰੱਖਿਆ ਪਹਿਲਾਂ ਕੇਸਗੜ੍ਹ ਸਾਹਿਬ। ਕਹਿੰਦਾ ਜੀ ਮਹਾਰਾਜ ਨੂੰ ਬੇਨਤੀ ਕਰੋ ਵੀ ਸਾਡੇ ਕਾਰਜ ਦੇ ਵਿੱਚ ਆਪ ਰਹਿਣ ਮਹਾਰਾਜ। ਮੈਂ ਉਹਨੂੰ ਆਖਿਆ ਵੀ ਇੱਕ ਗੱਲ ਸੁਣ ਮਿੱਤਰਾ, ਬੇਨਤੀ ਤਾਂ ਕਰ ਦੇਗਾ, ਤੂੰ ਮੰਨਦਾ ਵੀ ਰਹਿਣਗੇ ਮਹਾਰਾਜ, ਭਰੋਸਾ ਹੈ? ਕਹਿੰਦਾ ਹਾਂ। ਮੈਂ ਕਿਹਾ ਫਿਰ ਇਹ ਕਿੰਨਾ ਕੁ ਚਿਰ, ਵੀ ਜਿੰਨਾ ਕੁ ਚਿਰ ਪਾਠ ਹੋਊਗਾ ਉਨਾ ਚਿਰ ਰਹਿਣਗੇ ਜਾਂ ਪੂਰੇ ਕੰਮ ਚ ਰਹਿਣਗੇ ਮਹਾਰਾਜ? ਛੱਡ ਕੇ ਨੀ ਆਉਣਾ ਉਹਨਾਂ ਨੇ, ਉਹਦੇ ਜਿੰਨਾ ਚਿਰ ਤੇਰੀ ਲੜਕੀ ਦੀ ਡੋਲੀ ਨੀ ਤੁਰ ਜਾਂਦੀ ਉਨਾ ਚਿਰ ਨੀ ਕੰਮ ਨੇ ਮੁੱਕਣਾ, ਕਾਰਜ ਤਾਂ ਉਨਾ ਚਿਰ ਹੈ। ਤੇ ਤੁਸੀਂ ਤੇ ਜਦੋਂ ਮਹਾਰਾਜ ਦਾ ਸਰੂਪ ਲਿਆਂਦਾ ਨੀ ਤੇ ਉੱਥੇ ਗਲਾਸੀਆਂ ਖੜਕਣ ਲੱਗ ਜਾਂਦੀਆਂ ਤੇ ਨਾਲ ਮਹਾਰਾਜ ਨੂੰ ਅਰਦਾਸਾਂ ਕਰੀ ਜਾਂਦੇ, ਸਾਡੇ ਕਾਰਜਾਂ ਸਹਾਈ ਹੋ, ਦੱਸੋ ਫਿਰ ਇਹ ਦੋਗਲੀ ਨੀਤੀ ਨੀ ਅਸੀਂ ਰੱਬ ਮਹਾਰਾਜ ਨਾਲ ਨੀ ਕਰ ਰਹੇ। ਤੇ ਇਸ ਲਈ ਕਿਤੇ ਨਾ ਕਿਤੇ ਸਾਨੂੰ ਸਵੈ ਪ੍ਰਚੋਲ ਦੀ ਲੋੜ ਪੈਣੀ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਫਿਰ ਉੱਥੇ ਆਖਿਆ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਦੁੱਖ ਅਤੇ ਸੁੱਖ ਤੂੰ ਬੀਜਿਆ ਤੂੰ ਮੰਗਿਆ ਤੈਨੂੰ ਮਿਲਿਆ। ਬੀਜ ਲਿਆ, ਕਈ ਬੀਜ ਬਹੁਤ ਛੋਟੇ ਹੁੰਦੇ ਆ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਉਦਾਹਰਨ ਦਿੱਤੀ ਹੈ, ਕਹਿੰਦੇ ਜੈਸੇ ਬਟ ਬੀਜ ਅਤ ਸੁਖ ਮਸਰੂਪ ਹੋਤ ਬੋਏ ਤੇ ਵਿਵਿਧ ਕਰੇ ਬਿਰਖ ਵਿਥਾਰ ਜੀ। ਕਹਿੰਦੇ ਬੋੜ ਦਾ ਜਿਹੜਾ ਬੀਜ ਹੁੰਦਾ ਹੈ ਉਹ ਬਹੁਤ ਛੋਟਾ ਹੁੰਦਾ ਹੈ, ਪਰ ਜਦੋਂ ਉਹਨੂੰ ਬੀਜਦੇ ਆ ਨਾ ਫਿਰ ਥੋੜਾ ਜਿਹਾ ਸਮਾਂ ਲੈਂਦਾ ਤੇ ਫਿਰ ਉਹ ਵੱਡਾ ਹੁੰਦਾ। ਕਈ ਵਾਰੀ ਬੰਦਾ ਆਪਣੇ ਪੰਜਾਬੀ ਦੀਆਂ ਜੀ ਜਦੋਂ ਆਪਾਂ ਡਿਕਸ਼ਨਰੀ ਪੜ੍ਹਦੇ ਹਾਂ ਜੀ ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਕਹਾਵਤਾਂ ਦੀ ਡਿਕਸ਼ਨਰੀ ਬਣਾਈ ਹੋਈ ਹੈ ਜੀ, ਉਹਦੇ ਵਿੱਚ ਕਹਾਵਤਾਂ ਲਿਖੀਆਂ ਹੁੰਦੀਆਂ। ਉਹਦੇ ਵਿੱਚ ਇੱਕ ਮੈਂ ਕਹਾਵਤ ਪੜ੍ਹੀ ਸੀ, ਇਹਦੇ ਵਿੱਚ ਆਉਂਦਾ ਸੀ ਕਹਿੰਦੇ ਕਹਾਵਤ ਆਪਣੀ ਪੰਜਾਬੀ ਦੀ, ਕਹਿੰਦੇ ਕਈ ਵਾਰ ਹੱਥਾਂ ਦੀਆਂ ਗੱਤੀਆਂ ਗੰਢਾਂ ਮੂੰਹ ਨਾਲ ਖੁੱਲੀਆਂ ਨੇ। ਬੰਦਾ ਦੇ ਰਿਹਾ ਜੀ ਤੇ ਖੁੱਲਣੀਆਂ ਪੈਣਗੀਆਂ। ਇਹ ਗੱਲ ਹੈ ਜੀ, ਪਹਿਲੀ ਗੱਲ ਆਪਾਂ ਉਦੋਂ ਪਹਿਲਾਂ ਜਿਹੜਾ ਕਹਿ ਲਈਏ ਕਿ ਅਰਦਾਸ ਕਰਨੀ ਚਾਹੀਦੀ, ਬਾਣੀ ਪੜ੍ਹਨੀ ਚਾਹੀਦੀ ਆਦਿਕ ਤੋਂ ਪਹਿਲਾਂ, ਇਹ ਕਾਰਨ ਇਹ ਦੁੱਖਾਂ ਦਾ। ਇਹ ਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੁੜ ਸਕਦੀਆਂ ਨੇ, ਪਰ ਟਾਈਮ ਆਪਣਾ ਨੇੜੇ ਆ ਰਿਹਾ, ਇਸ ਲਈ ਇਹਨੂੰ ਅੱਜ ਵੀ ਆਪਣੀ ਜਿਹੜੀ ਗੱਲ ਹੈਗੀ ਹੈ ਜੀ ਉਹ ਹੈ ਵੀ ਅਰਦਾਸ ਬੇਨਤੀ। ਬਿਲਕੁਲ ਬਿਲਕੁਲ, ਸਿੱਖ ਕੋਲ ਦੋ ਚੀਜ਼ਾਂ ਨੇ ਜੀ, ਗੁਰਸਿੱਖ ਕੌਣ? ਮੈਂ ਉਹਨੂੰ ਮੰਨਦਾ ਵੀ ਜਿਹੜਾ ਗੁਰੂ ਬਾਣੀ ਗੁਰੂ ਬਾਬਾ ਜੀ ਦੇ ਜੀਵਨ ਤੋਂ ਸੇਧ ਲੈਂਦਾ,
ਜੀ ਭਾਈ ਗੁਰਦਾਸ ਦੀਆਂ ਵਾਰਾਂ ਸਾਡੇ ਇਤਿਹਾਸਕ ਸਰੋਤਾਂ ਨੂੰ ਪੜ੍ਹ ਕੇ ਪੜਚੋਲ ਕੇ ਸਹੀ ਤੱਥ ਨੂੰ ਜਾਣ ਕੇ ਔਰ ਜਾਣਦਾ ਵੀ ਕਿਉਂ ਹੀ ਸਿੱਖੀ। ਆਹਾ ਗੁਰੂ ਸਾਹਿਬ ਨੇ ਕਿਹਾ ਉਸ ਅਨੁਸਾਰ ਗੁਰਬਾਣੀ ਵਿੱਚ ਦੋ ਤਰ੍ਹਾਂ ਦੇ ਜ਼ਿਕਰ ਮਿਲਦੇ ਆ ਜੀ। ਇੱਕ ਤੇ ਅਰਦਾਸ ਦਾ ਵੀ ਮਿਲਦਾ, ਕਨਸੈਪਟ ਹੈ ਜੀ। ਜੀ ਜਦੋਂ ਗੁਰੂ ਸਾਹਿਬ ਨੂੰ ਸਿੱਖਾਂ ਆਖਿਆ ਜੀ ਸੁਲਹੀ ਚੜ੍ਹ ਕੇ ਆ ਰਿਹਾ, ਤੇ ਸਿੱਖਾਂ ਨੇ ਆਖਿਆ ਜੀ ਵੀ ਪਹਿਲਾਂ ਮਾਤਾ ਦੋਏ ਬੰਦੇ ਭੇਜ ਦੀ ਆਪਾਂ, ਹਨਾ, ਫਿਰ ਕੋਈ ਚਿੱਠੀ ਪੱਤਰ ਭੇਜ ਦੀਏ, ਤੀਜੀ ਕਿਸੇ ਨੇ ਆਖਿਆ ਜੀ ਆਪਾਂ ਕੋਈ ਕੋਈ ਉਪਾਅ ਕਰ ਲਈਏ, ਫਿਰ ਉੱਥੇ ਮਹਾਰਾਜ ਨੇ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਮੈਂ ਸਭ ਕੁਛ ਛੋੜ ਪਰ ਤੁਝੇ ਤੇ ਆਇਆ। ਉੱਥੇ ਫਿਰ ਮਹਾਰਾਜ ਨੇ ਜਿੱਥੇ ਕਿਹਾ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਿਤੇ ਨਾ ਪੜੇ, ਸੁਲਹੀ ਹੋਏ ਮੂਆ ਨਾ ਪਾ। ਗੁਰਬਾਣੀ ਦੇ ਵਿੱਚ ਫਿਰ ਉੱਥੇ ਮਹਾਰਾਜ ਨੇ ਅਰਦਾਸ ਕੀਤੀ ਤੇ ਸੁਲਹੀ ਜਾਂ ਸੁਲਭੀ ਖਾਨ ਦਾ ਵੀ ਇਤਿਹਾਸ ਆਉਂਦਾ ਜੀ। ਉਹਨੇ ਪ੍ਰਿਥੀ ਚੰਦ ਨੇ ਬੁਲਾਇਆ ਉਹਨੂੰ, ਪ੍ਰਿਥੀ ਚੰਦ ਮਹਾਰਾਜ ਦਾ ਭਰਾ ਸੀ ਭਾਵੇਂ, ਪਰ ਉੱਥੇ ਉਹ ਦੋਵੇਂ ਚੜ ਕੇ ਆਏ ਤੇ ਮਾਰੇ ਗਏ। ਇਹ ਵੀ ਅਰਦਾਸ ਵੀ ਜਨ ਦੀ ਪੂਰੀ ਹੁੰਦੀ ਹੈ ਜਦੋਂ ਕਰਦਾ ਹੈ। ਜੀ ਦੂਜਾ ਕਨਸੈਪਟ ਇਹ ਵੀ ਹੈ ਕਿ ਭਾਣਾ ਵੀ ਗੁਰਸਿੱਖ ਨੇ ਨਾਲੇ ਮੰਨਣਾ, ਉਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ, ਸਾਰੇ ਜਾਣਦੇ ਆ ਜੀ। ਤੇ ਇੰਨਾ ਕੁਝ ਹੋਇਆ ਕਿ ਜਿਹਨੂੰ ਕਹਿ ਲਈਏ ਕਿ ਸਿਰ ਚ ਰੀਤਾ ਪਾਣੀ ਜਾਂ ਸਾਰਾ ਆਪਾਂ ਨੂੰ ਪਤਾ ਹੀ ਹੈ ਜੀ। ਉਹਨਾਂ ਗਰਮੀ ਦੀ ਰੁੱਤੇ ਉਹਨਾਂ ਨੂੰ ਕੁਝ ਖਾਣ ਨੂੰ ਨਾ ਦਿੱਤਾ ਗਿਆ, ਉਹਨਾਂ ਨੂੰ ਪੀਣ ਨੂੰ ਨਾ ਦਿੱਤਾ ਗਿਆ, ਉਹਨਾਂ ਨੂੰ ਸੌਣ ਨਾ ਦਿੱਤਾ ਗਿਆ, ਜੀ ਇੰਨੇ ਜ਼ੁਲਮ ਸਰੀਰ ਉੱਤੇ ਕੀਤੇ। ਪਰ ਕਿਤੇ ਮਹਾਰਾਜ ਦਾ ਮਿਲਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਆਖਿਆ ਹੋਵੇ ਕਿ ਰੱਬਾ ਮੈਨੂੰ ਬਚਾ ਲੈ, ਉੱਥੇ ਮਹਾਰਾਜ ਨੇ ਭਾਣਾ ਵੀ ਮੰਨਿਆ। ਔਰ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜੀ ਸਾਈ ਮੀਆਂ ਮੀਰ ਫਰਮਾਉਂਦਾ ਕਿ ਮਹਾਰਾਜ ਜੀ ਤੁਸੀਂ ਇੰਨੀਆਂ ਤਾਕਤਾਂ ਦੇ ਮਾਲਕ ਹੋ ਤੇ ਤੁਸੀਂ ਚਾਹੋ ਤੇ ਧਰਤੀ ਪੁੱਠੀ ਕਰ ਸਕਦੇ। ਗੁਰਬਾਣੀ ਵੀ ਆਉਂਦਾ ਕਹੋ ਤਾਂ ਧਰਨੇ ਕੋਡੀ ਕਰੋ, ਕਹੋ ਤਾਂ ਲੇਕਰ ਉੱਪਰ ਧਰੋ, ਕਹੋ ਤਾਂ ਬੂਈ ਗਊ ਦਿਓ ਜਵਾਏ, ਸਭ ਕੁਛ ਦੇਖਿਆ ਵਧੀਆ ਹੈ। ਭਗਤਾਂ ਦੀ ਬਾਣੀ ਚ ਆਉਂਦਾ, ਭਗਤ ਨਾਮਦੇਵ ਜੀ ਦੀ ਬਾਣੀ ਦਾ ਸ਼ਬਦ ਹੈ ਇਹ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉੱਥੇ ਫਿਰ ਮੁਸਕਰਾ ਗਿਆ, ਉਹਨੂੰ ਆਖਿਆ ਸਾਈ ਮੀਆਂ ਮੀਰ ਨੂੰ, ਸਾਈ ਮੀਆਂ ਮੀਰ ਤੂੰ ਜਿਹੜਾ ਪੁੱਛਦਾ ਸੀ ਸੁਖਮਨੀ ਸਾਹਿਬ ਚ ਬ੍ਰਹਮ ਗਿਆਨੀ ਕੋਈ ਏਦਾਂ ਦਾ ਹੁੰਦਾ ਵੀ ਹੈ, ਜੈਸਾ ਸਵਰਨ ਤੈਸੀ, ਐਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਹਨਾ, ਤੇ ਜੋ ਵਰਤਾਏ ਸਾਈ ਜੋਗਤ ਨਾਨਕੋ ਪੁਰਖ ਹੀ ਹੈ ਜੀਵਨ ਮੁਕਤ। ਬ੍ਰਹਮ ਗਿਆਨੀ ਦੇ ਲੱਛਣ ਜਿਹੜੇ ਤੂੰ ਪੁੱਛਦਾ ਸੀ ਲਾ ਕੇ ਦੇਖ ਮਿਲਦੇ ਆ, ਜਿਉਂ ਵਰਦਾ ਕੋ ਖੋਦਾ ਕੋ ਚੰਦਨ ਲੇਪ ਹੈ। ਉੱਥੇ ਸਾਈ ਮੀਆਂ ਮੀਰ ਨੇ ਸਿਰ ਝੁਕਾਇਆ, ਮਹਾਰਾਜ ਇੱਕ ਇੱਕ ਮਿਲਦਾ। ਤੇ ਗੁਰੂ ਕੇ ਸਿੱਖ ਨੇ ਪਾਣੀ ਦੇ ਵਿੱਚ ਵੀ ਰਹਿਣਾ, ਔਰ ਸਿੱਖ ਰਹਿੰਦੇ ਵੀ ਹੈ। ਬਿਲਕੁਲ ਅਰਦਾਸ ਤੇ ਪਾਣਾ, ਅਰਦਾਸ ਸ਼ਰਧਾ ਨਾਲ ਪ੍ਰੇਮ ਨਾਲ ਗੁਰਸਿੱਖ ਕਰਦਾ ਵੀ ਹੈ ਲੋੜ ਅਨੁਸਾਰ, ਔਰ ਆਪਣੇ ਸਾਹਿਬ ਅੱਗੇ ਕਰਨੀ ਵੀ ਹੈ, ਕਿਉਂ ਨਾ ਕਰੇ ਜੀ। ਬਿਲਕੁਲ ਜੀ ਬਿਲਕੁਲ, ਹਨਾ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇ ਜੇ ਕਿਤੇ ਔਖਾ ਵੇਲਾ ਆ ਜਾਏ ਉੱਥੇ ਗੁਰਸਿੱਖ ਫਿਰ ਡੋਲਦਾ ਜੀ, ਉੱਥੇ ਭਾਣਾ ਵੀ ਮੰਨਦਾ। ਤੁਸੀਂ ਦੇਖੋ ਇਤਿਹਾਸ ਨੂੰ ਪੜ੍ਹੋ, ਜਦੋਂ ਭਾਈ ਮਤੀ ਦਾਸ ਜੀ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਫੱਟਿਆਂ ਚ ਉਹਨਾਂ ਨੂੰ ਜੜ ਲਿਆ, ਉਹਨਾਂ ਦੇ ਸਿਰ ਤੇ ਦੰਦੇ ਵਾਲਾ ਆਰਾ ਫੇਰਨ ਤੋਂ ਪਹਿਲਾਂ ਪੁੱਛਿਆ ਗਿਆ ਕੋਈ ਆਖਰੀ ਖੁਆਇਸ਼ ਤਮੰਨਾ, ਤੇ ਉਹਨਾਂ ਨੇ ਇਹੀ ਗੱਲ ਆਖੀ ਕੋਈ ਆਖਰੀ ਖੁਆਇਸ਼, ਉਹਨਾਂ ਨੇ ਆਖਿਆ ਬਸ ਆਹੀ ਹੈ ਮੇਰੀ ਆਖਰੀ ਵੀ ਮੈਂ ਗੁਰੂ ਦੇ ਚਰਨਾਂ ਚ ਹੋਵਾਂ ਜਦੋਂ ਮਰਾਂ, ਮੈਂ ਮੇਰਾ ਮੂੰਹ ਉਧਰ ਹੋਵੇ। ਇਹ ਭਾਈ ਦਇਆ, ਆਪਾਂ ਮੁਕਤਸਰ ਸਾਹਿਬ ਮਾਘੀ ਦਾ ਮੇਲਾ ਹੁੰਦਾ, ਸੰਗਤਾਂ ਜਾਂਦੀਆਂ ਨੇ ਤੇ ਉਹ ਤੇ ਆਪਾਂ ਇਤਿਹਾਸ ਵੀ ਸੁਣਦੇ ਹਾਂ। ਭਾਈ ਮਹਾਂ ਸਿੰਘ ਹੋਣਾ ਨੂੰ ਮਹਾਰਾਜ ਨੇ ਆਖਿਆ ਦੋਵੇਂ ਜਹਾਨਾਂ ਦਾ ਰਾਜ ਮੰਗ ਲੈ, ਕਹਿਣਾ ਨਾ ਮਹਾਰਾਜ ਸੱਚੇ ਪਾਤਸ਼ਾਹ ਬਸ ਕਿਰਪਾ ਹੋਵੇ ਤੁਹਾਡੇ ਮਨਪ੍ਰੀਤ ਚਰਨ ਕਮਲਾਂ ਦੇ, ਮੈਨੂੰ ਹੋਰ ਨੀ ਕੋਈ ਚਾਹੀਦਾ। ਸੋ ਅੱਜ ਦੀ ਘੜੀ ਦੇ ਵਿੱਚ ਇਹ ਬਹੁਤ ਹਵਾ ਚੱਲ ਰਹੀ ਹੈ ਨਾਸਤਿਕਤਾ ਦੀ, ਬਹੁਤ ਸਾਰੇ ਬੰਦੇ ਏਦਾਂ ਦੀਆਂ ਵੀ ਗੱਲਾਂ ਕਰਦੇ ਆ ਵੀ ਜੇ ਏਦਾਂ ਕਰਨ ਨਾਲ ਆ ਹੋ ਜਾਏ, ਅਰਦਾਸ ਕਰਨ ਨਾਲ ਹੋ ਸਕਦਾ, ਸਭ ਕੁਛ ਹੁੰਦਾ, ਸਾਡਾ ਵਿਸ਼ਵਾਸ ਹੈ ਅਡੋਲ ਹੈ ਬਿਲਕੁਲ। ਪਰ ਗੱਲ ਇਹ ਹੈ ਵੀ ਇਹਨਾਂ ਲੋਕਾਂ ਨੂੰ ਜਦੋਂ ਵੱਢ ਵੱਢ ਕੇ ਬੱਕਰੇ ਚਮ ਕਹਿ ਲੋ ਕਿ ਚਮਗਿੱਦੜਾਂ ਚਮਚੜਕਾਂ ਦਾ ਖੂਨ ਪੀਂਦੇ ਸੀ, ਉਦੋਂ ਨਾ ਗੁਰੂ ਰਾਮਦਾਸ ਸਾਹਿਬ ਦੀ ਗੱਲ ਸਮਝ ਆਈ। ਬਿਲਕੁਲ ਬਿਲਕੁਲ,
ਗੁਰਬਾਣੀ ਜਦੋਂ ਜਦੋਂ ਉਹ ਪੰਜਾਬੀ ਦੀਆਂ ਕਹਾਵਤਾਂ ਤੁਸੀਂ ਆਖੋਗੇ ਖਾਣ ਪੀਣ ਨੂੰ ਬੱਕਰੀ ਡੰਡੇ ਖਾਣ ਨੂੰ ਰਿੱਛ ਵਾਲੀ ਗੱਲ ਹੈ, ਜਦੋਂ ਦਾ ਤੁਸੀਂ ਪੁੱਠੇ ਕੰਮ ਕਰਦੇ ਸੀ ਉਦੋਂ ਤਾਂ ਸਿੱਖਾਂ ਦੀ ਗੱਲ ਮੰਨੀ ਨੀ, ਉਹੀ ਗੁਰੂ ਗ੍ਰੰਥ ਸਾਹਿਬ ਚਾਰੇ ਵਰਨਾਂ ਨੂੰ ਉਪਦੇਸ਼ ਦੇ ਰਿਹਾ ਸੀ। ਉਸੇ ਜਗ੍ਹਾ ਦੇ ਉੱਤੋਂ ਹਰਿਮੰਦਰ ਸਾਹਿਬ ਤੋਂ ਬਾਣੀ ਰਾਗੀ ਸਿੰਘ ਪੜ੍ਹਦੇ ਸੀ ਪਾਪ ਕਮਾਵਣੇ ਤੇਰਾ ਕੋਈ ਨਾ ਵੇਲੀ ਰਾਮ, ਅਨਕਾਹੇ ਰਤਲਿਆ ਸੁਣ ਵਾਟ ਦਹੇਲੀ ਰਾਮ, ਤੇ ਉਦੋਂ ਉਹ ਬਾਣੀ ਤੁਹਾਨੂੰ ਸੁਣਦੀ ਨੀ ਸੀ। ਤੇ ਅੱਜ ਜਣਾ ਖਣਾ ਜਿਹੜਾ ਉੱਠਦਾ ਤੇ ਕਹੀ ਜਾਂਦਾ ਅਰਦਾਸ ਕਰਕੇ ਹਟਾ ਦੋ, ਕਿਉਂ ਭਾਈ? ਗੁਰਬਾਣੀ ਤਾਂ ਕਹਿੰਦੀ ਹੈ ਅਜਿਹਾ ਬੀਜਾ ਸੋਲਣਾ ਹੈ, ਕਰਮਾ ਸੰਦੜਾ ਖੇਤ ਬੀਜਾ ਦਾਸ ਵਿਜੋਰੀਆਂ ਕਿੱਕਰ ਬੀਜਾ ਜੱਟ ਹੰਡਾ ਉਹਨਕ ਤਾਏ ਦਾ, ਪਹਿਲਾਂ ਲੋੜ ਹੈ ਪੱਟ ਹੁਣ ਪੱਟ ਹੰਡਾਉਣ ਦਾ ਵੇਲਾ ਨਹੀਂ, ਹੁਣ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰਜਨਾ। ਤੇ ਸਾਨੂੰ ਗੁਰਸਿੱਖਾਂ ਨੂੰ ਅਰਦਾਸ ਬਾਣੀ ਦਾ ਆਸਰਾ ਤੇ ਇੱਕ ਗੱਲ ਦਾ ਧਿਆਨ ਰੱਖਣਾ, ਲੋੜਵੰਦਾਂ ਦੀ ਸਹਾਇਤਾ। ਜੇ ਤੁਹਾਡੇ ਘਰ ਕੋਈ ਵਧੀਆ ਚੀਜ਼ ਹੈ ਖਾਣ ਪੀਣ ਦੀ ਔਰ ਤੁਹਾਡਾ ਗਵਾਂਢੀ ਭੁੱਖਾ ਮਰ ਰਿਹਾ ਤੇ ਤੁਸੀਂ ਚੰਗੇ ਨਹੀਂ, ਉਹਦੇ ਵਿੱਚ ਘੱਟ ਖਾ ਲਓ, ਸਿੰਪਲ ਰਹੋ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਕਮਾਓ। ਔਖੇ ਵੇਲੇ ਆਏ ਆ ਸੌਖੇ ਵੀ ਆਉਣਗੇ, ਕਈ ਵਾਰ ਅੱਗੇ ਆਏ ਆ ਪਹਿਲਾਂ ਵੀ ਆਏ। ਗੁਰਸਿੱਖ ਦਾ ਵਿਸ਼ਵਾਸ ਅਡੋਲ ਹੋਣਾ ਚਾਹੀਦਾ ਕਿਉਂਕਿ ਗੁਰੂ ਕਾ ਸਿੱਖ ਤੂੰ ਮੇਰੋ ਮੇਰ ਪਰਬਤ ਸਵਾਮੀ ਊਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈ ਨੀ ਹਰ ਮੇਰੀ, ਇਹ ਦੋਵੇਂ ਟਾਈਮ ਅਰਦਾਸ ਕਰਦਾ। ਸੋ ਏਦਾਂ ਹੋਣਾ ਚਾਹੀਦਾ ਜੀ ਭਾਈ ਸਾਹਿਬ ਜੀ। ਬਹੁਤ ਬਹੁਤ ਧੰਨਵਾਦ, ਦਿਲ ਦੇ ਗਹਿਰਾਈਆਂ ਚੋਂ ਦਿਲ ਨਹੀਂ ਕਰਦਾ ਕਿ ਆਪਾਂ ਇਹਨੂੰ ਸਵਾਗਤ ਕਰੀਏ, ਪਰ ਸਮੇਂ ਦੀ ਦੇਖਦੇ ਹੋਏ ਗੁਰੂ ਮਹਾਰਾਜ ਕਿਰਪਾ ਕਰਨ ਫਿਰ ਕਦੀ ਮੌਕਾ ਬਣਾਉਣ, ਫਿਰ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਆਪ ਜੀ ਦੀ ਸਮੁੱਚੀ ਟੀਮ ਸੰਗਤ ਚੈਨਲ ਦਾ, ਸਮੁੱਚੀਆਂ ਸੰਗਤਾਂ ਦਾ, ਇੰਗਲੈਂਡ ਦੀਆਂ ਯੂਰਪ ਦੀਆਂ ਜਿੰਨੇ ਵੀ ਬੈਠੇ ਹਾਂ, ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਤੇ ਤਰਕਾਂ ਕੁਤਰਕਾਂ ਤੋਂ ਬਚ ਕੇ ਗੁਰੂ ਤੇ ਭਰੋਸੇ ਨਾਲ ਔਖੇ ਵੇਲੇ ਨੂੰ ਲੰਘਾਈਏ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।